ਮੇਰੀ ਤਾਂ ਕਿਸਮਤ ਹੀ ਮਾੜੀ ਸੀ, ਮੈਂ ਕਿਉਂ ਆਇਆ ਇੱਥੇ? ਕੀ ਲੋੜ ਸੀ ਮੈਨੂੰ? ਹੁਣ ਮੈਨੂੰ ਕੋਈ ਰਾਹ ਨਹੀਂ ਪਾਉਂਦੇ, ਰਾਵੇਂ ਕੀ ਕਰ। ਗੱਲ ਸੁਣ ਲੈ ਮੇਰੀ, ਜਵਾਨ ਤੇ ਕਾਬੂ ਰੱਖ, ਜਿੰਨਾ ਚੁੱਪ ਰਹੇਗਾ ਨਾ ਤੇਰੇ ਲਈ ਓਨਾ ਹੀ ਫਾਇਦਾ ਹੈ। ਆ ਮੂੰਹ ਸਿਰਫ ਤੇ ਸਿਰਫ ਖਾਣਾ ਖਾਣ ਵੇਲੇ ਹੀ ਖੋਲਿਆ ਕਰ, ਮੈਡਮ ਆਉਣ ਵਾਲੇ ਨੇ, ਵੱਧ ਘੱਟ ਨਹੀਂ ਬੋਲਣਾ, ਜ਼ੁਬਾਨ ਬੰਦ। ਕਿਉਂ, ਮੈਨੂੰ ਲੱਗਦਾ ਤੇਰੀ ਅਕਲ ਟਿਕਾਣੇ ਆਈ ਨਹੀਂ। ਸਾਈਨ ਕਰਨ ਨੂੰ ਮੰਨਿਆ ਕਿ ਨਹੀਂ? ਮੈਡਮ ਜੀ, ਥੋੜੀ ਜਿਹੀ ਤਿੜਮਿੜ ਜੀ ਕਰਦਾ ਹਲੇ। ਅੱਛਾ, ਮੈਨੂੰ ਲੱਗਦਾ ਤੈਨੂੰ ਆਪਣੀ ਜਾਨ ਪਿਆਰੀ ਨੂੰ। ਬੋਲ, ਜ਼ਮੀਨ ਦੇ ਕਾਗਜ਼ਾਂ ਤੇ ਸਾਈਨ ਕਰੇਗਾ ਜਾਂ ਨਹੀਂ? ਮੈਡਮ ਜੀ, ਤੁਹਾਡੇ ਕੋਲ ਹੀ ਹੈ ਸਾਰਾ ਕੁਛ, ਪਰ ਮੇਰੀ ਜਾਨ ਬਖਸ਼ ਦਿਓ, ਮੈਨੂੰ ਜਾਨ ਦਿਓ ਤੁਸੀਂ। ਜਾਨ ਬਖਸ਼ ਦਿਓ? ਤੂੰ ਸਾਨੂੰ ਜ਼ਮੀਨ ਬਖਸ਼ ਦੇ, ਅਸੀਂ ਤੇਰੀ ਜਾਨ ਬਖਸ਼ ਦਿੰਦੇ ਹਾਂ, ਹਿਸਾਬ ਕਿਤਾਬ ਬਰਾਬਰ। ਤੂੰ ਸਾਨੂੰ ਜ਼ਮੀਨ ਬਖਸ਼ ਦੇ, ਮੈਂ ਤੇਰੀ ਜਾਨ ਬਖਸ਼ ਦਿੰਦੀ ਹਾਂ, ਕਿਉਂ, ਹਿਸਾਬ ਕਿਤਾਬ ਬਰਾਬਰ। ਮੈਡਮ ਜੀ, ਮੇਰੇ ਬੱਚਿਆਂ ਜੋਗੀ ਤਾਂ ਜ਼ਮੀਨ ਛੱਡ ਦਿਓ ਜੀ, ਉਹ ਕਿੱਥੇ ਜਾਣਗੇ ਜੀ, ਉਹ ਤਾਂ ਰੁਲ ਜਾਣਗੇ, ਜ਼ਮੀਨ ਤਾਂ ਮੇਰਾ ਕੁਛ ਹੈ ਵੀ ਨਹੀਂ ਬਿਨਾਂ ਜੀ, ਮੈਨੂੰ ਬਖਸ਼ ਦਿਓ ਜੀ। ਰਾਣੀ, ਪੇਪਰ ਲੈ ਕੇ ਆ। ਜੀ ਮੈਡਮ। ਅੱਜ ਤੋਂ ਬਾਅਦ ਤੇਰੀ ਸਾਰੀ ਜ਼ਮੀਨ ਮੇਰੀ, ਸਿਰਫ ਮੇਰੀ। ਓ ਵੈਰੀ ਗੁੱਡ। ਓਹੋ ਲੈ ਲੈ, ਫੜ ਕਰ ਸਾਈਨ। ਹੈਲੋ, ਸਾਈਨ ਇੱਥੇ ਕਰ। ਰੋ, ਆਪਣੀ ਕਿਸਮਤ ਨੂੰ ਰੋ। ਓ ਹੈਲੋ, ਕੰਮ ਕਰਨੇ ਅੱਜ ਤੋਂ ਤੂੰ ਸਾਰੇ, ਅੱਜ ਤੋਂ ਤੂੰ ਮੇਰਾ ਗੁਲਾਮ। ਲੱਗੀ ਸਮਝ ਤੈਨੂੰ? ਲੱਗੀ ਜੀ। ਮੇਰੇ ਮੂਹਰੇ ਜਵਾਨ ਚਲਾਉਣ ਦੀ ਕੋਸ਼ਿਸ਼ ਨਾ ਕਰੀ, ਜੇ ਜਵਾਨ ਚਲਾਉਣ ਦੀ ਕੋਸ਼ਿਸ਼ ਕੀਤੀ ਨਾ ਤੇਰੇ ਜਵਾਕਾਂ ਦਾ ਹਾਲ ਪਤਾ ਕੀ ਕਰੂੰਗੀ। ਰਾਣੀ, ਹਾਂਜੀ, ਇਹਨਾਂ ਨੂੰ ਸਮਝਾਓ ਕਿ ਮੈਡਮ ਦਿਲ ਦੀ ਬਿਲਕੁਲ ਵੀ ਮਾੜੀ ਨੀ, ਮੈਡਮ ਬਹੁਤ ਚੰਗੇ ਨੇ। ਲੱਗੀ ਸਮਝ? ਸਮਝ ਜਾਏਗਾ ਤਾਂ ਚੰਗਾ ਰਹੇਗਾ, ਨਹੀਂ ਤਾਂ ਫਿਰ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਬੜੇ ਟਾਈਮ ਬਾਅਦ ਗੇੜਾ ਮਾਰਿਆ ਅੱਜ, ਕਿਉਂ, ਕੋਈ ਕੰਮ ਸੀ? ਲਓ ਜੀ, ਜੇ ਕੋਈ ਕੰਮ ਸੀ ਫਿਰ ਹੀ ਤੁਹਾਡੇ ਕੋਲ ਆਇਆ ਜੀ, ਐਡਾ ਤੁਹਾਡਾ ਨਾਂ ਚੱਲਦਾ ਜੀ, ਕਿਹੜਾ ਬੰਦਾ ਨਹੀਂ ਤੁਹਾਨੂੰ ਜਾਣਦਾ, ਬੱਚਾ ਤੁਹਾਨੂੰ ਜਾਣਦਾ ਗਾ ਜੀ। ਤੁਹਾਡੇ ਵਰਗੇ ਭਾਈ ਭਰਾਵਾਂ ਦੀ
ਬਸ ਦਇਆ ਹੈ ਜੀ, ਆਪਾਂ ਨੂੰ ਤਾਂ ਕੌਣ ਬੱਚਾ ਬੱਚਾ ਜਾਣਨ ਵਾਲਾ। ਨਹੀਂ ਜੀ, ਜਿਹੜਾ ਇਹ ਸਮਾਜ ਸੇਵਾ ਜੀ ਕੰਮ ਹੁੰਦਾ ਨਾ, ਇਹ ਵੀ ਕੋਈ ਕਰ ਸਕਦਾ ਗਾ। ਰਿਕ ਤੋਂ ਇਹ ਵੀ ਨਹੀਂ ਹੁੰਦਾ ਕੰਮ, ਇਹ ਕਰਨੇ ਨਾ ਪੈਸਾ ਬਹੁਤ ਹੁੰਦਾ ਸਭ ਕੋਲ, ਪਰ ਇਹਦੇ ਵਾਸਤੇ ਨਾ ਪੈਸਾ ਲਾਉਣ ਵਾਸਤੇ ਵੀ ਜਿਗਰਾ ਚਾਹੀਦਾ ਗਾ। ਚਲੋ ਜੀ, ਬਸ ਅਸੀਂ ਤਾਂ ਵਾਹਿਗੁਰੂ ਅੱਗੇ ਤੰਦਰੁਸਤੀ ਮੰਗਦੇ ਹਾਂ ਆਪਣੇ ਭੈਣਾਂ ਭਾਈਆਂ ਦੀ, ਇਸ ਸਮਾਜ ਦੀ, ਇਸ ਸਮਾਜ ਦੇ ਬੱਚੀਆਂ ਦੀ। ਬਸ ਅੱਜ ਆਪਾਂ ਹੈਗੇ ਹਾਂ, ਕੱਲ੍ਹ ਨੂੰ ਨਹੀਂ ਹੈਗੇ। ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ, ਪਰ ਪਰਮਾਤਮਾ ਨੇ ਤੁਹਾਨੂੰ ਦੋਨੇ ਚੀਜ਼ਾਂ ਦਿੱਤੀਆਂ ਗੀਆਂ, ਪੈਸਾ ਲਾਉਣ ਵਾਸਤੇ ਦਿਲ ਵੀ ਦਿੱਤਾ ਅਤੇ ਪੈਸਾ ਵੀ ਦਿੱਤਾ ਗਾ। ਬਸ ਜੀ, ਤੁਹਾਨੂੰ ਪਤਾ ਆਪਣੇ ਅੱਗੇ ਪਿੱਛੇ ਕੋਈ ਹੈ ਨਹੀਂ, ਮਾਂ ਬਾਪ ਦੀ ਇੰਨੀ ਜਾਇਦਾਦ ਸੀਗੀ, ਆਪਾਂ ਸਮਾਜ ਸੇਵੀ ਕੰਮਾਂ ਵਿੱਚ ਲਾਈ ਜਾਂਦੇ ਹਾਂ, ਹੋਰ ਇੱਥੋਂ ਲੈ ਕੇ ਵੀ ਕੀ ਜਾਣਾ। ਇੱਕ ਬੋਲਬਾਣੀ ਆ ਅਤੇ ਪਿਆਰ ਹੈ, ਤੁਸੀਂ ਹੁਕਮ ਕਰੋ ਤੁਸੀਂ ਕਿਸ ਕੰਮ ਲਈ ਆਏ ਹੋ। ਚਲੋ ਜੀ, ਬਹੁਤ ਤੁਹਾਡਾ ਨਾਂ ਸੁਣਿਆ ਸੀਗਾ, ਮਿਲ ਕੇ ਵੀ ਮੈਨੂੰ ਬਹੁਤ ਵਧੀਆ ਲੱਗਿਆ। ਤੁਹਾਡੇ ਕੋਲ ਤਾਂ ਇਹ ਸੀਗੇ ਜੀ, ਆਪਾਂ ਨੇ ਵਿਆਹ ਕਰਨਾ ਗਾ ਗਰੀਬ ਕੁੜੀਆਂ ਦਾ, 21 ਗਰੀਬ ਕੁੜੀਆਂ ਦਾ। ਅੱਛਾ ਜੀ, ਉਹਦੇ ਕੋਲ ਆਏ ਸੀਗੇ, ਮੈਂ ਚੱਲ ਜਾ ਆਏਗੇ, ਸੁਣਿਆ ਸੀਗਾ ਵੀ ਤੁਸੀਂ ਤਾਂ 100-100 ਕੁੜੀ ਦਾ ਇਕੱਠੀ ਦਾ ਵਿਆਹ ਕਰ ਦਿੰਦੇ ਹੋ। ਮੈਂ ਚੱਲ ਆਪਾਂ ਜਾ ਆਉਂਦੇ ਜਾ ਕੇ, ਚੱਲ ਕੋਈ ਗੱਲ ਨਹੀਂ, ਜਿਹੋ ਜਿਹਾ ਪਾ ਸਕਦੇ ਯੋਗਦਾਨ ਪਾ ਦਿਓ, ਚੱਲ ਜਿਹੋ ਜਿਹਾ ਸੱਥ ਹੁੰਦਾ ਅਸੀਂ ਵੀ ਕਰ ਦਿਆਂਗੇ, ਚੱਲ ਜਿਹੋ ਜਿਹਾ ਸੁੱਥ ਹੁੰਦਾ ਤੁਸੀਂ ਕਰ ਦਿਓ, ਰਲ ਮਿਲ ਕੇ ਕਹਿੰਦੇ ਨੇ ਹੋ ਜਾਂਦਾ ਹੁੰਦਾ ਕੰਮ। ਜ਼ਰੂਰ ਜੀ, ਕੋਈ ਗੱਲ ਨਹੀਂ। ਰਾਣੀ, ਹਾਂਜੀ ਮੈਮ, ਹਾਂ 2 ਲੱਖ ਦਾ ਚੈੱਕ ਬਾਈ ਉਹਨਾਂ ਨੂੰ ਕੱਟ ਕੇ ਦੇ ਦਿਓ। ਹਾਂ ਦੇ ਦੇ ਬਾਈ ਜੀ ਨੂੰ ਚੈੱਕ, ਹੈ ਜੀ ਮੈਡਮ ਜੀ। ਅਤੇ ਨਾਲੇ ਜਾਣ ਲੱਗੀ ਕਰਮੀ ਨੂੰ ਸੁਨੇਹਾ ਦੇ ਦੇ, ਮੇਰੇ ਗੱਲ ਸੁਣ ਕੇ ਜਾਵੇ। ਜਾਓ ਬਾਈ ਜੀ। ਠੀਕ ਹੈ ਜੀ, ਧੰਨਵਾਦ ਜੀ, ਚਾਹ ਪਾਣੀ ਪੀ ਕੇ ਜਾਇਓ। ਕੋਈ ਗੱਲ ਨਹੀਂ, ਆਹ ਵੀ ਚਾਹ ਪਾਣੀ ਨਾਲੋਂ ਵੱਧ ਹੋ ਗਿਆ, ਪਰ ਕੋਈ ਨਹੀਂ, ਸੋਚਿਆ ਸੀਗਾ ਉਦੋਂ ਵੱਧ ਮਿਲਿਆ ਸਾਨੂੰ ਇੱਥੇ ਆ ਕੇ। ਕੋਈ ਗੱਲ ਨਹੀਂ, ਜੇ ਕੋਈ ਹੋਰ ਵੀ ਸੇਵਾ ਦੀ ਲੋੜ ਹੋਈ ਦੱਸ ਦਿਓ, ਤੁਹਾਡੀ ਖਾਤਰ ਸਾਡੀ ਜਾਨ ਵੀ ਹਾਜ਼ਰ ਆ। ਲੈ ਜੀ, ਹਜੇ ਪਿੱਛੇ ਕੀ ਰਹਿ ਗਿਆ, ਮੈਂ ਤਾਂ ਐਂ ਸੋਚਿਆ ਸੀਗਾ ਵੀ ਚੱਲ 20-30 ਹਜ਼ਾਰ ਦੀ ਮਦਦ ਦੇ ਦੇਣਗੇ, ਆਹ ਤਾਂ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਤੁਸੀਂ। ਬਸ ਹੁਣ ਤੱਕ ਮੇਰੇ ਕੋਲ ਵੀ ਕਹਿਣ ਨੂੰ ਕੁਛ ਨਹੀਂ ਰਿਹਾ ਜੀ। 21 ਗਰੀਬ ਲੜਕੀਆਂ ਦਾ ਵਿਆਹ ਕਰਨਾ, ਉਹ 20-30 ਹਜ਼ਾਰ ਨਾਲ ਥੋੜ੍ਹੀ ਸੀ ਹੋਣਾ। ਜਿੰਨੀ ਮੇਰੇ ਵਿੱਚ ਹੈਸੀਅਤ ਆ, ਜਿੰਨੀ ਮੇਰੀ ਔਕਾਤ ਹੈ, ਮੈਂ ਉਨਾ ਕਰਤਾ। ਚਲੋ ਜੀ, ਔਕਾਤ ਤਾਂ ਨਾ ਸਭ ਦੀ ਹੈ ਜੀ, ਇੱਦਾਂ ਵੀ ਉੱਤੇ ਉੱਤੇ ਲੋਕ ਬੈਠੇ ਆ, ਪਰ ਨਹੀਂ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸ ਕੇ ਹਟਿਆ, ਇਹਦੇ ਵਾਸਤੇ ਜਿਗਰਾ ਚਾਹੀਦਾ, ਪਰ ਨਹੀਂ ਹੁੰਦਾ, ਤੁਹਾਡੇ ਕੋਲ ਦੋਨੇ ਚੀਜ਼ਾਂ ਹੈਗੀਆਂ, ਤਾਂ ਹੀ ਤੁਸੀਂ ਐਡਾ ਦਿਲ ਕੱਢਿਆ ਗਾ। ਧੰਨਵਾਦ ਜੀ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋ ਲੱਖ ਦਾ ਕੁੰਡਾ ਕਰਾ ਗਿਆ ਸਵੇਰੇ ਸਵੇਰੇ, ਇਹਨੂੰ ਪਤਾ ਨਹੀਂ ਕਿਹਨੇ ਦੱਸ ਦਿੱਤਾ। ਕਰਮੇ ਕਰਮੇ ਕਰਮੇ। ਹਾਂਜੀ ਮੈਡਮ। ਹਾਂ ਬਸ ਮਾਨਸਾ ਅੱਡੇ ਵਿੱਚ ਜਾਈ, ਉੱਥੋਂ ਕਿਸੇ ਨੇ ਤੈਨੂੰ ਅਟੈਚੀ ਫੜਾਉਣਾ, ਉਹ ਫੜ ਕੇ ਲਿਆਈ ਅਤੇ ਅਟੈਚੀ ਖੋਲ੍ਹਣ ਦੀ ਕੋਸ਼ਿਸ਼ ਨਾ ਕਰੀ। ਠੀਕ ਹੈ ਜੀ। ਕੋਈ ਚਲਾਕੀ ਵੀ ਨਾ ਕਰੀ, ਜੇ ਮੈਨੂੰ ਪਤਾ ਲੱਗ ਗਿਆ ਨਾ ਮੇਰੇ ਨਾਲ ਚਲਾਕੀ ਕੀਤੀ ਹੈ, ਤੈਨੂੰ ਪਤਾ ਹੀ ਆ ਫਿਰ। ਜਾ। ਠੀਕ ਹੈ। ਰਾਣੀ ਰਾਣੀ। ਹਾਂਜੀ ਮੈਡਮ ਜੀ। ਬਹਿ ਜਾ। ਦੇ ਦਿੱਤਾ ਚੈੱਕ? ਹਾਂਜੀ ਦੇ ਦਿੱਤਾ, ਪਰ ਮੈਡਮ ਜੀ ਚੈੱਕ ਦੇਣਾ ਔਖਾ ਬੜਾ ਲੱਗਿਆ। ਚੱਲ ਕੋਈ ਨਹੀਂ, ਜੇ ਆਪਾਂ 2 ਲੱਖ ਦਿੱਤਾ ਨਾ, 5 ਲੱਖ ਕਮਾਵਾਂਗੇ ਇਸੇ ਬੰਦੇ ਤੋਂ, ਤੈਨੂੰ ਲੈ ਕੇ ਦਿਖਾਊਂ। ਅੱਛਾ। ਅਤੇ ਕਰਮਾਂਗੇ ਅਟੈਚੀ ਫੰਡ ਮਾਨਸਾ ਅੱਡੇ ਤੋਂ। ਅੱਛਾ। ਜਦੋਂ ਅਟੈਚੀ ਲੈ ਕੇ ਆਇਆ ਤੂੰ ਸੰਭਾਲ ਲਈ। ਅੱਛਾ ਮੇਰੀ ਗੱਲ ਸੁਣ, ਕੋਈ ਨਵਾਂ ਸ਼ਿਕਾਰ ਨਹੀਂ ਫਸਿਆ? ਲੈ ਇਹ ਕਿਹੜੀ ਗੱਲ ਕਰਤੀ ਮੈਡਮ ਜੀ, ਕੋਈ ਗੱਲ ਨਹੀਂ, ਮੈਂ
ਮਾਰਿਆ ਨਹੀਂ ਗੇੜਾ ਬਾਜ਼ਾਰ ਦਾ। ਨਵੀਂ ਕੁੜੀ ਸੋਹਣੀ ਸੁਨੱਖੀ, ਮੇਰੇ ਕੋਲ ਕੋਈ ਪੈਸੇ ਵਾਲਾ ਬੰਦਾ ਆ ਰਿਹਾ ਅਤੇ ਉਹ ਕਹਿੰਦਾ ਕੁੜੀ ਮੈਨੂੰ ਨਵੀਂ ਚਾਹੀਦੀ ਹੈ, ਇਸ ਕਰਕੇ ਦੇਖੀ ਜੇ ਕੋਈ ਮਿਲਦੀ ਆ ਗਰੀਬ ਘਰ ਦੀ। ਕੋਈ ਗੱਲ ਨਹੀਂ ਮੈਡਮ ਜੀ, ਮੇਰੇ ਹੁੰਦੇ ਟੈਨਸ਼ਨ ਨਾ ਲਈ, ਮੈਂ ਹੁਣੇ ਚੱਲੀ। ਤੇਰੇ ਹੁੰਦੇ ਰਾਣੀਏ ਕਾਹਦੀ ਟੈਨਸ਼ਨ ਮੈਨੂੰ, ਬਸ ਤੂੰ ਸ਼ਿਕਾਰ ਲਿਆ ਇੱਕ ਵਾਰ। ਕੋਈ ਗੱਲ ਨਹੀਂ, ਮੈਂ ਗਈ ਅਤੇ ਆਈ, ਸ਼ਿਕਾਰ ਨਾ ਵਧੀਆ ਫਸਾ ਕੇ ਲੈ ਕੇ ਆਉਂ ਮੁੱਠੀ 'ਚ। ਚੱਲ ਦੇਖ ਲੈਂਦੇ ਹਾਂ, ਪਰ ਕਈ ਦਿਨ ਹੋ ਗਏ ਮਿਲਿਆ ਨਹੀਂ ਕੋਈ ਸ਼ਿਕਾਰ। ਮੈਡਮ ਜੀ ਬਸ ਆਹੀ ਕੰਮਾਂ ਕਾਰਾਂ ਜਿਹਾ 'ਚ ਉੱਜ ਕੇ ਰਹਿ ਗਈ, ਮੈਥੋਂ ਜਾ ਨਹੀਂ ਹੋਇਆ ਅਸਲ 'ਚ। ਚੱਲ ਕੋਈ ਨਹੀਂ, ਦੇਖ ਕੋਈ ਪਸਾ ਭੋਲਾ ਪੰਛੀ। ਚੱਲ ਵੀਰੇ, ਕਿੰਨੇ ਦੀ ਇਹ ਗੁੱਛੇ? 20 ਰੁਪਿਆਂ ਦੀ। ਬਾਈ ਸਸਤੀ ਜੀ ਲਾ ਲਾ। ਬਾਈ 10 ਰੁਪਿਆਂ ਦੀ ਦੇ ਦੇ ਗੁੱਛੇ। ਲੱਗਦਾ ਇਹ ਕੁੜੀ 10-20 ਰੁਪਈਆਂ ਪਿੱਛੇ ਬਹਿਸ ਕਰ ਰਹੀ ਹੈ, ਇਹ ਮੇਰੇ ਕੰਮ ਆ ਸਕਦੀ ਹੈ, ਦੇਖਦੀ ਹਾਂ ਜਾ ਕੇ। ਇਹ ਸੱਚੀ ਘੱਟ ਹੋਣੀ ਨਹੀਂ ਨਹੀਂ ਜਾਇਜ਼ ਹੈ। ਚੱਲ ਠੀਕ ਹੈ ਬਈ, ਫਿਰ ਮੈਂ ਨਹੀਂ ਲੈਣੀ ਸਬਜ਼ੀ। ਗੁੜੀਆ ਇਹ ਕੌਣ? ਮੈਂ ਚਾਇਆ। ਹਾਂਜੀ ਸਬਜ਼ੀ ਲੈਣੀ ਹੈ ਬੇਟਾ? ਹਾਂਜੀ ਹਾਂਜੀ। ਕੀ ਗਲਤ ਹੈ, ਸਬਜ਼ੀ ਲਈ ਨਹੀਂ? ਤੇਰੇ ਕੋਲ ਪੈਸੇ ਨਹੀਂ ਹੈਗੇ? ਨਹੀਂ ਨਹੀਂ ਪੈਸੇ ਤਾਂ ਹੈਗੇ ਨੇ, ਬਸ ਮੈਂ ਸਬਜ਼ੀ ਲੈਣੀ ਨਹੀਂ। ਓ ਅੱਛਾ, ਪੁੱਤ ਮੈਂ ਪਛਾਣ ਲਿਆ ਤੈਨੂੰ, ਮੈਨੂੰ ਲੱਗਦਾ ਵੀ ਤੇਰੀ ਵੀ ਜ਼ਿੰਦਗੀ ਥੋੜ੍ਹੀ ਜਿਹੀ ਔਖੀ ਹੋ ਲੰਘ ਰਹੀ ਹੈ ਨਾ। ਪੜ੍ਹਦੀ ਹੈ ਪੁੱਤਰ ਤੂੰ? ਹਾਂਜੀ ਮੈਂ ਬਸ ਪਲੱਸ ਟੂ ਕਰਕੇ ਹਟ ਗਈ। ਅੱਗੇ? ਨਹੀਂ ਅੱਗੇ ਬਸ, ਉਹ ਤੁਹਾਨੂੰ ਪਤਾ ਹੀ ਆ ਘਰ ਦੀ ਮਜਬੂਰੀਆਂ ਇਹੋ ਜਿਹੀਆਂ ਹੁੰਦੀਆਂ ਨੇ, ਮੇਰੇ ਤੋਂ ਅੱਗੇ ਪੜ੍ਹਿਆ ਨਹੀਂ ਗਿਆ। ਓ ਅੱਛਾ, ਚੱਲ ਇੱਕ ਮਿੰਟ ਇੱਧਰ ਤੇਰੇ ਨਾਲ ਗੱਲ ਕਰਨੀ। ਪਰ ਮੈਂ ਤੁਹਾਨੂੰ ਜਾਣਦੀ ਨਹੀਂ, ਮੈਂ ਕੀ ਕੋਈ ਗੱਲ ਕਰਾਂ? ਬੇਟਾ ਤੂੰ ਮੈਨੂੰ ਨਹੀਂ ਜਾਣਦੀ, ਪਰ ਮੈਂ ਤੈਨੂੰ ਜਾਣਦੀ ਹਾਂ, ਕਿਉਂਕਿ ਮੇਰੀ ਉਸ ਵਾਹਿਗੁਰੂ ਨੇ ਡਿਊਟੀ ਲਾਈ ਹੈ ਕਿ ਗਰੀਬ ਕੁੜੀਆਂ ਨੂੰ ਪੜ੍ਹਾਉਣਾ ਲਿਖਾਉਣਾ ਅਤੇ ਉਹਨਾਂ ਨੂੰ ਨੌਕਰੀ ਦਿਵਾਉਣੀ। ਮੇਰੇ ਚਿੱਤ ਨੂੰ ਬੜਾ ਸਕੂਨ ਮਿਲਦਾ। ਆ ਜਾ ਮੇਰੀ ਧੀ, ਇੱਕ ਵਾਰੀ ਗੱਲ ਤਾਂ ਕਰ ਮੇਰੇ ਨਾਲ। ਇੱਥੇ ਬੈਠ ਪੁੱਤ, ਮੇਰੀ ਗੱਲ ਸੁਣ। ਦੇਖ ਮੈਨੂੰ ਪਤਾ ਹੈ ਵੀ ਇਹ ਮਜ਼ਬੂਰੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ। ਤੇਰੇ ਪਰਿਵਾਰ 'ਚ ਕੌਣ ਕੌਣ ਹੈ? ਮੇਰੇ ਪਰਿਵਾਰ 'ਚ ਤਾਂ ਜੀ ਮੇਰੇ ਮਾਂ ਪਿਓ ਤਾਂ ਹੈ ਨਹੀਂ, ਬਸ ਇਕੱਲੀ ਮੇਰੀ ਦਾਦੀ ਆ। ਓ ਫਿਰ ਤਾਂ ਤੂੰ ਬਾਹਲੀ ਦੁਖੀ ਹੈ। ਚੱਲ ਚੱਲ ਕੋਈ ਨਾ ਛੱਡ, ਤੂੰ ਸਮਝ ਅੱਜ ਤੋਂ ਤੇਰੇ ਸਾਰੇ ਦੁੱਖ ਕੱਟੇ ਗਏ। ਸਾਰੇ ਦੁੱਖ ਕੱਟੇ ਗਏ? ਕੱਟੇ ਗਏ। ਤੁਸੀਂ ਸੱਚੀ ਮੈਨੂੰ ਨੌਕਰੀ ਦਵਾ ਦੋਗੇ? ਲੈ ਸੱਚੀ ਦਵਾਉਂਗੀ, ਜਿਹੜੇ ਮੇਰੇ ਮੈਡਮ ਨੇ ਨਾ ਬੜੇ ਸਾਫ਼ ਦਿਲ ਦੇ ਨੇ, ਬਹੁਤ ਲੋਕਾਂ ਨੂੰ ਨੌਕਰੀ ਦਵਾ ਚੁੱਕੇ ਹੋ, ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਪੜ੍ਹਾ ਲਿਖਿਆ ਕੇ ਜਿਹਨੇ ਪੜ੍ਹਾਈ ਕਰਨੀ ਹੈ ਅਤੇ ਉਹਨੂੰ ਪੜ੍ਹਾਈ ਵੀ ਕਰਾਉਣੀ ਹੈ ਅਤੇ ਨੌਕਰੀ ਵੀ ਦਵਾਉਣੀ ਹੈ। ਕਿੰਨੀ ਕੁ ਤਨਖਾਹ ਦੇ ਦੇਣਗੇ ਫਿਰ ਮੈਨੂੰ? ਤੂੰ ਪਲੱਸ ਟੂ ਕੀਤੀ ਹੈ ਨਾ? ਹਾਂਜੀ। ਤੇਰੀ ਯੋਗਤਾ ਦੇ ਹਿਸਾਬ ਨਾਲ ਤੈਨੂੰ ਆਹੀ ਕੋਈ
15-20 हज़ार रुपया। 15-20 हज़ार रुपया? हाँ चलो ਵੇ ਤੁਸੀਂ ਮਿਲਾ ਦਿਓ ਮੈਨੂੰ ਆਪਣੀ ਮੈਡਮ ਨਾਲ। ਸੱਚੀ? ਹਾਂਜੀ। ਆ ਜਾ ਫਿਰ। ਆ ਜਾਓ ਹੁਣ ਤੁਸੀਂ। ਓਹ ਆ ਗਈ ਆ ਗਈ ਬੇਟਾ। ਵੇ ਤੇਰੇ ਵਰਗੀਆਂ ਦੀ ਜ਼ਿੰਦਗੀ ਇੱਥੇ ਨਰਕ ਬਣੀ ਪਈ ਆ। ਤੈਨੂੰ ਰੋਟੀ ਮਿਲੂਗੀ ਤੇ ਤੇਰੀ ਦਾਦੀ ਨੂੰ ਖਰਚਾ ਲੱਗੀ ਸਮਝ। ਅੱਜ ਤੋਂ ਬਾਅਦ ਨਾ ਜੋ ਮੈਂ ਕਹੂੰਗੀ ਤੈਨੂੰ ਉਹੀ ਕਰਨਾ ਪੈਣਾ ਲੱਗੀ ਸਮਝ। ਜੇ ਇੱਥੋਂ ਭੱਜਣ ਦੀ ਜਾਂ ਹਿੱਲਣ ਜੁੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਤੈਨੂੰ ਪਤਾ ਮੈਂ ਇਸ ਕੋਠੇ ਦੀ ਰਾਣੀ ਹਾਂ ਤੇ ਮੈਂ ਕੋਠਾ ਚਲਾਉਂਦੀ ਹਾਂ। ਕੋਠਾ ਤੇਰੀ ਵਰਗੀਆਂ ਬਹੁਤ ਨੇ, ਹਜ਼ਾਰਾਂ ਹੀ ਕੁੜੀਆਂ ਨਾ ਮੇਰੀ ਕੈਦ ਵਿੱਚ ਆ ਗਈਆਂ ਪਰ ਮੁੜ ਕੇ ਬਾਹਰਲੀ ਹਵਾ ਲੈਣ ਨੂੰ ਤਰ ਸਕਦੀਆਂ। ਪਰ ਮੈਂ ਆਪਣੀ ਦਾਦੀ ਕੋਲ ਜਾਣਾ ਬਸ। ਤੇਰੀ ਦਾਦੀ ਨੂੰ ਵੀ ਇੱਥੇ ਲੈ ਆਵਾਂਗੇ ਲੱਗੀ ਸਮਝ। ਛੱਡ ਦੋ ਪਲੀਜ਼। ਤੇਰਾ ਖੇੜਾ ਤਾਂ ਹੁਣ ਕਿਸੇ ਗੱਲ ਨਾਲ ਹੀ ਛੁੱਟੋ। ਕਿਉਂ ਰਾਣੀ? ਓਹੋ ਮੈਡਮ ਜੀ, ਇਸ ਚਿੜੀਆ ਨਾਲ ਕਿਉਂ ਉੱਡ ਰਹੇ ਹੋ? ਕਰ ਮੈਨੂੰ ਬੁਲਾ। ਤੁਸੀਂ ਤਾਂ ਕਹਿੰਦੇ ਸੀ ਵੀ ਇੱਥੇ ਨੌਕਰੀ ਮਿਲੂਗੀ, ਮੈਡਮ ਬਹੁਤ ਚੰਗੇ ਆ। ਨੌਕਰੀ ਹੀ ਹੈ, ਨੌਕਰੀ ਹੀ ਮਿਲ ਰਹੀ ਹੈ ਤੈਨੂੰ। ਕਰਮੇ ਮੈਂ ਨਹੀਂ ਕਰਨਾ ਕੋਈ ਕੰਮ ਕੁੰਮ, ਮੈਂ ਕੁਛ ਨਹੀਂ ਕਰਨਾ, ਬਸ ਮੈਨੂੰ ਛੱਡ ਦੋ। ਤੈਨੂੰ ਸਭ ਸੁਣ ਮੇਰੀ, 10 ਰੁਪਈਆ ਪਿੱਛੇ ਬੈਸ ਰਹੀ ਸੀ ਤੂੰ, 10 ਰੁਪਈਆ ਪਿੱਛੇ, ਸਮਝ ਗਈ? ਜ਼ਿਆਦਾ ਨਾ ਬੋਲੀ ਜ਼ਬਾਨ ਸਿਰਫ। ਕਰਮੇ ਆ ਜਲਦੀ ਕਰਮੇ। ਹਾਂਜੀ ਮੈਡਮ। ਨਮਸਕਾਰ ਆਇਆ ਆਪਣੀ ਸੰਸਥਾ ਵਿੱਚ। ਮੈਂ ਕਿਤੇ ਨਹੀਂ ਜਾਣਾ ਜੂਣਾ। ਜਾਣਾ ਥੋੜੀ ਆ, ਤੈਨੂੰ ਤਾਂ ਹੁਣ ਇੱਥੇ ਰੱਖਣਾ। ਖੜੀ ਹੋ ਕੇ ਖੜੀ ਹੋ, ਫੜ ਕੇ ਲੈ ਜਾ ਇਹਨੂੰ। ਕਰਨੀ ਇਹਨੇ ਨੌਕਰੀ ਰਾਣੀ, ਤੂੰ ਤਾਂ ਕਮਾਲ ਕਰਤੀ, ਸਾਰਿਆਂ ਨਾਲੋਂ ਟੌਪ ਦਾ ਸ਼ਿਕਾਰ ਲਿਆਈਏ। ਇਹ ਹੁਣ ਮੇਰੇ ਗਾਹਕ ਖੁਸ਼ ਕਰੂਗੀ ਤੇ ਮੈਨੂੰ ਨੋਟ ਕਮਾ ਕੇ ਦੇਊਗੀ। ਮੰਨ ਗਏ ਨਾ ਮੈਡਮ ਜੀ? ਆਪਣੀ ਸੇਵਾ ਬਣੀ ਜਿਹੜੀ ਕਰਾਉਣੀ ਉਹ ਵੀ ਕਰਾ ਲਈ। ਆ ਰਾਣੀ ਦਾ ਚਿਹਰਾ ਲੋਕਾਂ ਸਾਹਮਣੇ ਭੋਲਾ ਹੈ। ਮੈਂ ਇੱਥੇ ਰਹੂੰਗੀ ਬਈ, ਆ ਕਮਰੇ ਚ। ਹਾਂ ਹੁਣ ਤੈਨੂੰ ਇੱਥੇ ਰਹਿਣਾ ਪਊਗਾ। ਪਰ ਮੈਂ ਬਾਹਰ ਜਾਣਾ ਹੈ, ਇੱਥੇ ਮੈਂ ਇੱਥੇ ਨਹੀਂ ਰਹਿਣੀ। ਜਾ ਸਰ, ਜੋ ਮੈਡਮ ਕਹਿੰਦੇ ਆ ਨਾ ਉਵੇਂ ਕਰਨਾ ਪਊ ਤੈਨੂੰ ਹੁਣ। ਬਈ ਮੇਰੀ ਦਾਦੀ ਦਾ ਕੀ ਬਣੂਗਾ? ਦੇਖੀ ਜਾਓ ਤੇਰੀ ਦਾਦੀ ਦਾ ਕੀ ਬਣੂ, ਪਰ ਜਿਹੜਾ ਇੱਥੇ ਆ ਗਿਆ ਨਾ ਉਹ ਇਹਨਾਂ ਦੀ ਕੈਦ 'ਚ ਹੀ ਰਹੂ, ਉਵੇਂ ਹੋਊਗਾ ਜੋ ਇਹ ਕਹਿਣਗੇ। ਕੋਈ ਫਾਇਦਾ ਨਹੀਂ ਰੌਲਾ ਪਾਉਣ ਦਾ, ਜਿਵੇਂ ਇਹ ਕਹਿੰਦੇ ਉਵੇਂ ਕਰਨਾ ਪਊਗਾ। ਜੇ ਤੂੰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਨਾ ਇਹ ਮਾਰ ਕੇ ਛੱਡ ਦਿੰਦੇ। ਪਤਾ ਨਹੀਂ ਇਹਨਾਂ ਨੇ ਅੱਜ ਤੱਕ ਕਿੰਨੀਆਂ ਕੁੜੀਆਂ ਮਾਰ ਕੇ ਛੱਡਤੀ। ਠੀਕ ਹੈ ਮੈਂ ਚੱਲਦਾ, ਜੇ ਕੋਈ ਚੀਜ਼ ਦੀ ਲੋੜ ਹੋਈ ਤਾਂ ਦੱਸ ਦਿੰਦੀ। ਲਰੀਤ ਰੋਟੀ ਖਾ ਲਾ।
ਬਈ ਮੈਂ ਇਹਨੇ ਰੋਟੀ ਖਾਣੀ। ਨਹੀਂ ਨਹੀਂ, ਤੈਨੂੰ ਭੁੱਖ ਲੱਗੀ ਹੋ, ਖਾ ਤੋ ਰੋਟੀ। ਕੁਛ ਨਹੀਂ ਕਰਦਾ ਤੂੰ ਸਵੇਰ ਦਾ। ਤੂੰ ਤਾਂ ਮੇਰੇ ਭਾਈਆਂ ਵਰਗਾ, ਤੂੰ ਤਾਂ ਮੇਰੇ ਤੇ ਤਰਸ ਖਾ ਲਾ। ਜੇ ਤੇਰਾ ਤਰਸ ਆਉਂਦਾ ਤਾਂ ਹੀ ਤੇਰੇ ਵਾਸਤੇ ਰੋਟੀ ਲੈ ਕੇ ਆਏ, ਖਾ ਲਾ। ਨਹੀਂ ਵੀਰੇ, ਮੈਨੂੰ ਸੱਚੀ ਭੁੱਖ ਨਹੀਂ ਹੈਗੀ। ਨਹੀਂ, ਇਹਨਾਂ ਨੇ ਤਾਂ ਤੈਨੂੰ ਪਾਣੀ ਤੱਕ ਨਹੀਂ ਪੀਣ ਦੇਣਾ, ਮੈਨੂੰ ਪਤਾ ਨਾ। ਵੀਰੇ ਤੂੰ ਮੈਨੂੰ ਇੱਥੋਂ ਬਾਹਰ ਕੱਢ ਦੇ ਪਲੀਜ਼, ਵੀਰਾ ਬਣ ਕੇ। ਬਾਹਰ ਦੀ ਤਾਂ ਮੈਂ ਵੀ ਸੋਚਦਾ ਸੀ, ਤੇਰੇ ਵਾਂਗੂ ਚਾਰ ਕੁ ਦਿਨ ਤਾਂ ਮੈਂ ਵੀ ਰੋਟੀ ਨੂੰ ਨਾ ਕੀਤੀ, ਪਰ ਆਖਿਰ ਮਜਬੂਰੀ 'ਚ ਮੈਨੂੰ ਖਾਣੀ ਪਈ। ਮੇਰੇ ਤਾਂ ਇਹਨਾਂ ਨੇ ਸਾਰੀ ਜ਼ਮੀਨ ਆਪਦੇ ਨਾਲ ਕਰਾ ਲਈ, ਮੇਰੇ ਕੋਲ ਕੁਛ ਨਹੀਂ ਛੱਡਿਆ। ਤੂੰ ਆਪਣੀ ਮਰਜ਼ੀ ਨਾਲ ਨਹੀਂ ਕੰਮ ਕਰਦਾ ਵੀਰੇ ਇੱਥੇ? ਮਰਜ਼ੀ, ਮੇਰੀ ਮਰਜ਼ੀ ਇੱਥੇ ਇੱਥੇ ਕਿੱਥੇ ਚੱਲਦੀ ਮੇਰੀ ਮਰਜ਼ੀ? ਮੈਨੂੰ ਤਾਂ ਲੱਗਦਾ ਸੀ ਵੀ ਬਾਈ ਤੂੰ ਬਹੁਤ ਸੌਖਾ ਹੈ ਤੇ ਮੈਂ ਹੀ ਇਕੱਲੀ ਦੁਖੀ ਹਾਂ, ਇੱਥੇ ਤਾਂ ਸਾਰੇ ਦੁਖੀ ਨੇ। ਕੁਛ ਨਹੀਂ, ਮੈਂ ਵੀ ਪਤਾ ਨਹੀਂ ਕਿਹੜੇ ਲਾਲਚ 'ਚ ਆ ਕੇ ਇਹਨਾਂ ਕੋਲ ਫਸ ਗਿਆ, ਮੁੜ ਕੇ ਮੈਨੂੰ ਆਪਣਾ ਗੁਲਾਮ ਬਣਾ ਕੇ ਰੱਖ ਲਿਆ। ਜੋ ਇਹ ਕਹਿੰਦੇ ਨੇ ਉਹੀ ਮੈਨੂੰ ਕਰਨਾ ਪੈਂਦਾ। ਆਪਣਾ ਕੁਛ ਵੀ ਨਹੀਂ ਹੋ ਸਕਦਾ। ਬਸ ਹੁਣ ਕੀ ਹੋਣਾ, ਹੁਣ ਤਾਂ ਇਹਨਾਂ ਦੀ ਮਰਜ਼ੀ ਚੱਲੂਗੀ ਅਤੇ ਆਪਣੀ ਮਜਬੂਰੀ। ਲਰੀ ਤਾਂ ਖਾ ਲਾ ਰੋਟੀ। ਖਾਧੀ ਰੋਟੀ ਨੇ ਕਿ ਨਹੀਂ? ਖਾਂਦੇ ਆ ਜੀ। ਖੜੀ ਹੋ, ਖਾ ਲਾਂਗੇ ਮੈਡਮ ਜੀ, ਕੋਈ ਨਹੀਂ ਖਵਾ ਲਾਂਗੇ। ਖੜੀ ਹੋ, ਮੇਰਾ ਇਹ ਅਸੂਲ ਹੈ ਜਿਹੜਾ ਬੰਦਾ ਇੱਕ ਵਾਰ ਨਾ ਕਰ ਦਿੰਦਾ ਨਾ ਮੈਂ ਦੂਜੀ ਵਾਰ ਉਹਨੂੰ ਪਾਣੀ ਵੀ ਨਹੀਂ ਪੁੱਛਦੀ। ਸ਼ੁਕਰ ਕਰ ਕਰਮਾ ਤੇਰੀਆਂ, ਮਿੰਟਾਂ ਕਰਕੇ ਤੈਨੂੰ ਰੋਟੀ ਖਵਾ ਲਿਆ। ਜੇ ਤਵੀ ਫੜੀ ਕੀਤੀ ਨਾ ਮੇਰੇ ਤੋਂ ਬੁਰਾ ਕੋਈ ਨਹੀਂ, ਆਪਣੀ ਜਾਨ ਤੋਂ ਹੱਥ ਧੋ ਬੈਠੂੰਗੀ। ਮੈਂ ਵਿਹਲੀ ਨਹੀਂ ਜਿਹੜੀ ਤੈਨੂੰ ਮਨਾਈ ਜਾਵਾਂ, ਮੰਨਣਾ ਠੀਕ ਹੈ? ਨਹੀਂ ਫਿਰ ਰੱਬ ਕੋਲ ਪਹੁੰਚਣ ਦੀ ਤਿਆਰੀ ਕਰ ਲੈ, ਠੀਕ ਹੈ? ਕਰਮੇ ਜੇ ਰੋਟੀ ਖਾਂਦੀ ਠੀਕ ਹੈ, ਨੇ ਇਹਨੂੰ ਰੂਮ 'ਚ ਭੇਜ ਦੇ। ਠੀਕ ਹੈ ਮੈਡਮ। ਰਾਣੀ। ਹਾਂਜੀ ਮੈਡਮ ਜੀ। ਰੀਤ ਤਾਂ ਆਪਾਂ ਨੂੰ ਤੰਗ ਕਰਦੀ ਆ ਮੈਡਮ ਜੀ, ਕਿੰਨਾ ਕੁ ਚਿਰ ਤੰਗ ਕਰੂਗੀ? ਆਖਿਰਕਾਰ ਨਵੀਂ ਕੁੜੀ ਹੈ, ਚਿੜੀਆ ਫੜਫੜਾ ਕੇ ਹਟ ਜਾਣਾ ਆਪੇ। ਆਪਾਂ ਤੈਨੂੰ ਸਮਝਾ ਸਮਝਾ ਥੱਕ ਗਏ, ਜੇ ਇਹਨੂੰ ਬਾਕੀ ਕੁੜੀਆਂ ਵਿੱਚ ਛੱਡਿਆ ਨਾ ਤਾਂ ਵੀ ਔਖਾ ਹੋ ਜਾਊ। ਇਹ ਰਲ ਕੇ ਸਾਰੀਆਂ ਕੋਈ ਨਾ ਕੋਈ ਪਲੈਨ ਬਣਾ ਸਕਦੀਆਂ ਮੇਰੇ ਵਿਰੁੱਧ। ਜਿਹੜੀਆਂ 13 ਕੁੜੀਆਂ ਪਹਿਲੀਆਂ ਨੇ ਨਾ, ਰੀਤ ਨੂੰ ਉਹਨਾਂ ਨਾਲੋਂ ਸਾਈਡ 'ਤੇ ਰੱਖੀ, ਕਿਉਂਕਿ ਰੀਤ ਜਿੰਨੀ ਭੋਲੀ ਦਿਖਦੀ ਆ ਨਾ ਉੱਨੀ ਭੋਲੀ ਹੈ ਨਹੀਂ। ਠੀਕ ਹੈ ਮੈਡਮ ਜੀ। ਵੈਸੇ ਮੈਡਮ ਜੀ ਤੁਸੀਂ ਇੱਕ ਕਹਾਵਤ ਨਹੀਂ ਸੁਣੀ? ਕਿਹੜੀ? ਵਿਗੜੇ ਤਿਗੜੇ ਦਾ ਡੰਡਾ ਗੁਰੂ। ਚਲੋ, ਲਾਤੋਂ ਕੇ ਬੁੱਤ ਬਾਤੋਂ ਸੀ ਨਹੀਂ ਮਾਨਤੇ। ਹਾਂਜੀ, ਕਰਮਾ ਸਮਝਾ ਤਾਂ ਰਿਹਾ ਰੀਤ ਨੂੰ, ਬਾਕੀ ਚੱਲ ਕੋਈ ਨਹੀਂ, ਤੂੰ ਮਾਰ ਕੇ ਆ ਗੇੜਾ। ਜਾਵਾਂ ਜੀ।
ਚਿੜੀਆ ਦਾ ਧਿਆਨ ਤੁਸੀਂ ਰੱਖ। ਮੈਂ ਹੈਗੀ ਹਾਂ। ਠੀਕ ਹੈ ਜੀ। ਹਾਂਜੀ ਮੈਡਮ। ਰੀਤ ਨੇ ਖਾਧੀ ਰੋਟੀ? ਹਾਂਜੀ ਖਾ ਲਈ ਜੀ ਰੋਟੀ ਦਾ। ਖਾ ਲਈ ਰੋਟੀ? ਹਾਂਜੀ ਖਾ ਲਈ। ਠੀਕ ਹੈ ਜੀ। ਚੱਲ ਠੀਕ ਹੈ, ਰੀਤ ਦਾ ਖਿਆਲ ਰੱਖ। ਇੰਨਾ ਤੰਗ ਮੈਨੂੰ ਕਿਸੇ ਨੇ ਨਹੀਂ ਕੀਤਾ ਜਿੰਨਾ ਰੀਤ ਨੇ ਕੀਤਾ। ਨਾ ਨਾ ਜੀ, ਧੱਕੇ ਤਾਂ ਨਾ ਮਾਰੋ ਹਾੜੇ, ਰੱਬ ਦਾ ਵਾਸਤਾ ਮੇਰਾ ਦੱਸ ਕਿਵੇਂ ਟਾਈਮ ਪਾਸ ਹੋਊਗਾ, ਤੁਹਾਨੂੰ ਤਾਂ ਪਤਾ ਹੀ ਹੈ ਮੇਰੀ ਕਿੱਡੀ ਮਜਬੂਰੀ ਹੈਗੀ। ਨਾ ਨਾ ਜੀ, ਜੇ ਸਿਰ ਤੇ ਮੇਰੇ ਸਿਰ ਤੇ ਬੰਦਾ ਹੁੰਦਾ ਤਾਂ ਮੈਂ ਕਿਉਂ ਧੱਕੇ ਖਾਂਦੀ। ਰੱਬ ਦਾ ਵਾਸਤਾ ਐਂ ਨਾ ਕਰੋ, ਮੈਨੂੰ ਘੱਟ ਪੈਸੇ ਦੇ ਦਿਓ ਪਰ ਮੈਨੂੰ ਘਰੋਂ ਨਾ ਕੱਢੋ, ਮੈਂ ਕਿੱਥੇ ਜਾਊਂਗੀ, ਮੈਂ ਤਾਂ ਜਮੀ ਰੁੱਲ ਜੂੰਗੀ, ਮੈਂ ਤਾਂ ਆਪਦਾ ਢਿੱਡ ਪਾਲਦੀ ਹਾਂ ਜੀ ਹਾੜੇ ਹਾੜੇ। ਚਲੋ ਤੁਹਾਡੀ ਮਰਜ਼ੀ ਹੈ ਜੀ, ਮੈਨੂੰ ਤਾਂ ਕਿਤੇ ਕੰਮ ਕਰਨਾ ਹੀ ਪਊ, ਕਿਤੇ ਹੋਰ ਲੱਭ ਲੈਂਦੀ ਹਾਂ, ਪਰ ਤੁਸੀਂ ਚੰਗਾ ਨਹੀਂ ਕੀਤਾ। ਸੁਣਿਓ, ਸਤਿ ਸ੍ਰੀ ਅਕਾਲ। ਤੁਸੀਂ ਰੋਂਦੇ ਕਿਉਂ? ਮੇਰੀ ਤਾਂ ਬਸ ਬਿਗੈ ਨਾ ਪੁੱਛੋ, ਮੈਂ ਬਹੁਤ ਦੁਖੀ ਹਾਂ। ਓਹੋ, ਚਲੋ ਕੋਈ ਨਾ, ਤੁਸੀਂ ਰੋਵੋ ਨਾ, ਚੁੱਪ ਕਰੋ, ਗੱਲ ਸੁਣੋ ਮੇਰੀ। ਦੇਖੋ ਦੁੱਖ ਨਾ ਵੰਡਣ ਨਾਲ ਘਟਦੇ ਹੁੰਦੇ ਨੇ, ਤੇ ਮੈਨੂੰ ਦੱਸੋ ਤੁਹਾਨੂੰ ਕੀ ਦੁੱਖ ਹੈ? ਬਸ ਜੀ, ਨਾ ਤਾਂ ਮੇਰੇ ਘਰ ਵਾਲਾ ਨਾ ਮੇਰੇ ਬੱਚਾ ਕੋਈ ਕੰਮ ਕਰਕੇ ਗੁਜ਼ਾਰਾ ਕਰਦੀ ਸੀ, ਅੱਜ ਮਾਲਕਾਂ ਨੇ ਕੱਢਤਾ ਮੈਨੂੰ। ਓਹੋ, ਇਹ ਜਿਹੜੇ ਵੱਡੇ ਲੋਕ ਹੁੰਦੇ ਨੇ ਨਾ, ਇਹ ਬੇਰਹਿਮ ਹੁੰਦੇ ਨੇ। ਹੁਣ ਤੈਨੂੰ ਕੰਮ ਚਾਹੀਦਾ? ਹਾਂਜੀ, ਮੈਂ ਕੰਮ ਕਰ ਵੀ ਦਿੱਤੇ ਸੀਗੇ ਜੀ ਇਹਨਾਂ ਦੇ, ਕਰਦੀ ਸੀ ਜੀ 2-3 ਮਹੀਨਿਆਂ ਤੋਂ, ਪਰ ਮੇਰੀ ਤਨਖਾਹ ਮੰਗਣ ਤੇ ਇਹਨਾਂ ਨੇ ਮੈਨੂੰ ਘਰੋਂ ਕੱਢਤਾ। ਕਿੰਨੀ ਤਨਖਾਹ ਦਿੰਦੇ ਨੇ ਤੈਨੂੰ? ਬਸ ਆਹੀ 2000 ਮਸਾ ਦਿੰਦੇ ਨੇ ਜੀ, ਰੋਟੀ ਟੁੱਕ ਕਰਦੀ ਸੀ, ਕੱਪੜੇ ਧੋਂਦੀ ਸੀ ਮੈਂ ਇਹਨਾਂ ਦੇ। ਇੰਨੇ ਕੰਮ ਦਾ 2000? ਚੱਲ ਤੂੰ ਐਂ ਕਰ, ਟੈਨਸ਼ਨ ਨਾ ਕਰ, ਰੋ ਨਾ। ਮੇਰੇ ਨਾ ਮੈਡਮ ਉਹਨਾਂ ਦਾ ਕੰਮ ਵਾਲੇ ਹਟ ਗਏ। ਹਾਂਜੀ, ਤੇ ਉਹਨਾਂ ਦੇ ਝਾੜੂ ਪੋਚਾ ਕਰਨਾ। ਸੱਚੀ? ਹਾਂ, ਮੈਨੂੰ ਕੰਮ ਦੇ ਦੇਣਗੇ? ਮਾ ਤੈਨੂੰ ਕੰਮ ਪੱਕਾ, ਤੇ ਤੈਨੂੰ ਤਨਖਾਹ ਵੀ 5000 ਮਿਲੂਗੀ। ਸੱਚੀ ਭੈਣੇ? ਮੈਂ ਕਿਹਾ ਸੱਚੀ ਹੈ, ਬਾਲਾ ਭਲਾ ਹੋਊਗਾ ਭੈਣੇ ਸੱਚੀ, ਜੇ ਤੂੰ ਮੇਰਾ ਇੰਨਾ ਕੰਮ ਕਰ ਦੇਂਗੀ। ਆ ਜਾ ਮੇਰਾ ਸੱਚੀ। ਮੈਂ ਕਿਹਾ ਜਮੀ ਸੱਚ, ਤੂੰ ਇਹਨੂੰ ਸੁਪਨਾ ਨਾ ਮੰਨ, ਮੈਡਮ ਬਹੁਤ ਸਾਫ ਦਿਲ ਦੇ ਨੇ, ਗਰੀਬਾਂ ਦਾ ਬਹੁਤ ਭਲਾ ਕਰਦੇ, ਹਰੇਕ ਦੀ ਮਦਦ ਕਰਦੇ। ਹਾਏ ਹਾਏ, ਤੁਸੀਂ ਤਾਂ ਮੇਰੇ ਲਈ ਨਾ ਰੱਬ ਹੋ, ਯਕੀਨ ਹੀ ਨਹੀਂ ਆ ਰਿਹਾ ਮੈਨੂੰ ਤਾਂ। ਚੱਲ ਕੋਈ ਨਾ, ਆ ਜਾਓ ਤੁਸੀਂ ਮੇਰੇ ਨਾਲ ਆ ਜਾਓ। ਧੰਨਵਾਦ ਜੀ ਤੁਹਾਡਾ। ਇਧਰਲੀ ਸਾਈਡ ਜੇ ਦੱਸਿਆ ਸੀਗਾ ਘਰ, ਚਲ ਇੱਧਰ ਦੇਖਦੀ ਹਾਂ। ਚਲ ਇਹਨਾਂ ਨੂੰ ਪੁੱਛਦੀ ਹਾਂ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਾ ਸੀ ਤੋਂ ਕੇ ਜਾਣਾ ਸੀਗਾ। ਸੀ ਤੋਂ ਕੇ? ਹਾਂਜੀ। ਕੀ ਗੱਲ, ਕੀ ਕੰਮ ਹੈ ਸੀ ਤੋਂ ਕੇ? ਉਹਨਾਂ ਨੇ ਨਾ ਕੰਮ ਨੂੰ ਦੱਸ ਪਈ ਸੀ। ਅੱਛਾ, ਕੀ ਕੰਮ ਕਰਨਾ ਤੂੰ ਉਹਨਾਂ ਨੇ? ਬਸ ਆਹੀ ਜੀ, ਝਾੜੂ ਪੋਚਾ
ਤੇ ਬਸ ਸਫਾਈਆਂ। ਓ ਅੱਛਾ, ਰੋਟੀ ਰਸੋਈ ਦਾ ਹੋਵੇ। ਅੱਛਾ ਅੱਛਾ, ਤੇ ਕਿੰਨੇ ਪੈਸੇ ਦੇ ਦੇਣਗੇ ਤੈਨੂੰ? ਉਹ ਵੱਧ ਤੋਂ ਵੱਧ ਵੀ ਵਿੱਚੇ ਰਸੋਈ ਦਾ ਲਾ ਕੇ 5000 ਕਹਿੰਦੇ ਸੀ। ਵਿੱਚੇ ਰਸੋਈ ਦਾ ਲਾ ਕੇ 5000? ਹਾਂਜੀ, ਮੈਂ ਤੈਨੂੰ ਕੱਲੀ ਰਸੋਈ ਦਾ 7000 ਦਵਾਉਂਗੀ। ਇੱਥੇ ਕੰਮ ਦਵਾ ਦਿੰਦੀ ਆ ਤੈਨੂੰ? ਇੱਥੇ ਜੀ। ਹਾਂਜੀ, ਕੱਲੀ ਰਸੋਈ ਦਾ 7000, ਨਾਲੇ ਜਾਣੇ ਵੀ ਬਾਲੇ ਨੀ, 4-5 ਜਾਣਿਆਂ ਦੀ ਖਾਣਾ ਬਣਾਉਣਾ। ਅੱਛਾ ਜੀ, ਖਾਣਾ ਬਣਾਉਣਾ, ਭਾਂਡੇ ਮਾਂਜਣੇ ਨੇ, ਤੇ ਆ ਭੈਣ ਝਾੜੂ ਪੋਚੇ ਦੀ ਹੈਲਪ ਤੇਰੀ ਇਹ ਕਰੂਗੀ। ਠੀਕ ਹੈ। ਅੱਛਾ ਵੀ ਇਹ ਤੁਸੀਂ ਲਵਾਈ ਹੈ? ਚਲੋ ਨਾਲ ਮੇਰਾ ਚਲਾ ਦੀਦੀ ਦਾ ਸਾਥ ਹੋ ਜੂਗਾ। ਚਲੋ ਦੀਦੀ, ਹਾਂਜੀ, ਕਹਿੰਦੇ ਰੱਬ ਹੀ ਮਿਲਿਆਉਂਦਾ ਹੁੰਦਾ ਆਪਾਂ ਨੂੰ। ਨਮਸਤੇ ਮੈਡਮ ਜੀ। ਨਮਸਤੇ ਰਾਣੀ। ਨਮਸਤੇ ਜੀ। ਨਮਸਤੇ, ਕੀ ਨਾਮ ਹੈ ਤੁਹਾਡਾ? ਮੈਡਮ ਜੀ, ਤੁਸੀਂ ਕਿਹਾ ਸੀ ਨਾ ਵੀ ਕੰਮ ਵਾਸਤੇ 2 ਚਾਹੀਦੀਆਂ ਨੇ, ਇੱਕ 45 ਸਾਲ ਦੀ ਤੇ ਇੱਕ 38 ਸਾਲ ਦੀ, ਦੋਨੋਂ ਪਰਫੈਕਟ ਨੇ ਨਾ? ਸੈਲਰੀ ਸੂਲਰੀ ਦੀ ਗੱਲ ਕਰ ਲੈਣੀ ਸੀ। ਹਾਂਜੀ ਮੈਡਮ, ਮੇਰਾ ਨਾਮ ਸੁਖਪਾਲ ਕੌਰ ਹੈ ਜੀ। ਅੱਛਾ, ਕੀ ਕੰਮ ਕਰ ਲਉਂਗੀ? ਕੰਮ ਮੈਂ ਬਸ ਘਰ ਦੀਆਂ ਸਫਾਈਆਂ, ਝਾੜੂ ਪੋਚਾ ਸਾਰਾ ਕਰ ਲੈਂਦੀ। ਤੁਸੀਂ ਮੈਡਮ ਕੀ ਕੰਮ ਕਰੋਗੇ ਜੀ? ਅੱਗੇ ਆ ਜਾਓ। ਮੇਰਾ ਨਾਮ ਅਮਨ ਜੀ। ਅੱਛਾ, ਤੇ ਮੈਂ ਰਸੋਈ ਦਾ ਕੰਮ ਕਰ ਲਾਂਗੀ। ਹਾਂ, ਰਸੋਈ ਦਾ ਠੀਕ ਹੈ, ਕੋਈ ਗੱਲ ਨਹੀਂ, ਕੰਮ ਤਾਂ ਤੁਹਾਨੂੰ ਦੇਣਾ ਹੀ ਪੈਣਾ। ਹੋਰ ਕਿਹੜਾ ਕਿਹੜਾ ਕੰਮ ਕਰ ਲੈਂਦੇ ਹੋ? ਬਸ ਥੋੜ੍ਹਾ ਬਹੁਤਾ ਕੱਪੜੇ ਕੁੱਪੜੇ ਵੀ ਸੀ ਲੈਂਦੀ ਹਾਂ ਮੈਂ, ਸਲਾਈ ਸਲੂਈ ਕਰ ਲੈਂਦੀ ਹਾਂ ਮੈਡਮ। ਅੱਛਾ, ਹਾਂਜੀ, ਕੋਈ ਪਾਰਲਰ ਪੂਲਰ ਦਾ ਨਹੀਂ ਜਾਣਦੇ? ਆ ਤੁਸੀਂ ਕੀ ਜਾਣਦੇ ਹੋ, ਦੱਸ ਦਿਓ ਮੈਡਮ ਨੂੰ। ਮੈਂ ਤਾਂ ਪਾਰਲਰ ਦਾ ਜਾਣਦੀ। ਅੱਛਾ ਚੱਲ ਕੋਈ ਨਾ ਮੈਡਮ ਜੀ, ਪਾਰਲਰ ਦਾ ਆਪਾਂ ਸਿਖਾ ਲਵਾਂਗੇ। ਬਸ ਰਾਣੀ, ਇਹਨਾਂ ਨੂੰ ਨਹੀਂ ਨਹੀਂ ਕੋਈ ਨਹੀਂ, ਤੁਸੀਂ ਕਿਉਂ ਘਾਬਰਦੀਆਂ, ਕਨਫਿਊਜ਼ ਨਾ ਹੋਵੋ, ਬਸ ਤੁਸੀਂ। ਹਾਂ ਮੈਡਮ ਜੀ, ਸਾਨੂੰ ਦੱਸ ਦਿਓ ਕੀ ਕੰਮ ਕਰਨਾ ਹੈ, ਅਸੀਂ ਕੰਮ ਕਾਰ ਸ਼ੁਰੂ ਕਰ ਦਈਏ ਆਪਣਾ। ਅੱਛਾ ਜੀ, ਸੈਲਰੀ ਨੂੰ 10-10 ਹਜ਼ਾਰ ਬਹੁਤ ਹੈ ਕਿ ਉਮਰ ਦੇ ਹਿਸਾਬ ਨਾਲ ਘੱਟ ਵੱਧ? ਬਸ ਮੈਡਮ ਬਹੁਤ ਹੈ। ਰਾਣੀ ਬਾਹਰ ਲਾਇਆ। ਦੇਖੋ ਤੁਸੀਂ ਮੇਰੇ ਚੁੰਗਲ ਵਿੱਚ ਆ ਗਈਆਂ, ਜਾਣ ਤਾਂ ਨਹੀਂ ਮੈਂ ਤੁਹਾਨੂੰ ਦਿੰਦੀ, ਜੇ ਬਾਹਰ ਜਾ ਕੇ ਮੇਰਾ ਰੌਲਾ ਪਾਉਂਗੀ ਤਾਂ ਜਾਣ ਤੋਂ ਹੱਥ ਧੋ ਬੈਠੂੰਗੀਆਂ। ਇਹਦੇ ਨਾਲ ਚੰਗਾ ਹੈ, ਦੇਖੋ ਤੁਸੀਂ ਹੈਗੀਆਂ ਦੁਖੀ ਮੇਰੇ ਕੋਲ ਆਈਆਂ, ਮੈਂ ਤੁਹਾਡਾ ਦੁੱਖ ਸਮਝਦੀ ਹਾਂ, ਬਸ ਜਿਵੇਂ ਜਿਵੇਂ ਮੈਂ ਕਹੂੰਗੀ ਉਵੇਂ ਉਵੇਂ ਤੁਸੀਂ ਕਰਦਿਆਂ ਜਾਓ। ਤਨਖਾਹ ਤੁਹਾਨੂੰ ਤੁਹਾਡੀ 10 ਨਹੀਂ 15-15 ਹਜ਼ਾਰ ਮਿਲੂਗੀ। ਮੈਡਮ ਮੈਂ ਤੁਹਾਡੇ ਕੋਲ ਇੱਕ ਬੇਨਤੀ ਕਰਦੀ ਹਾਂ, ਮੈਂ ਘੱਟ ਖਾ ਲੂੰ, ਇੱਜ਼ਤ ਦੀ ਖਾਊ, ਮੈਨੂੰ ਆਪਦੇ ਘਰੇ ਕੰਮ ਕਾਰ ਹੈ ਜਾ ਦੇ ਦਿਓ, ਹਾੜੇ ਰੱਬ ਦਾ ਵਾਸਤਾ ਮੈਡਮ ਜੀ।
ਨਾ ਕੀ ਦੱਸਿਆ ਤੂੰ ਸੁਖਪਾਲ ਕੌਰ? ਉਹ ਇੱਜ਼ਤ ਸੀ ਜਦੋਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸੀ, ਯਾਦ ਕਰ ਉਸ ਟਾਈਮ ਨੂੰ। ਚਲੋ ਠੀਕ ਹੈ ਮੈਡਮ, ਅਸੀਂ ਆਪੋ ਆਪਣਾ ਕੰਮ ਕਰਦੇ ਹਾਂਗੇ। ਕਿਹੜਾ ਕੰਮ? ਜਾਂਦੇ ਹਾਂ ਅਸੀਂ ਮੈਡਮ। ਕਿੱਥੇ ਨਹੀਂ ਜਾਣਾ ਤੁਸੀਂ, ਜੋ ਮੈਂ ਕਹਿੰਦੀ ਹਾਂ ਨਾ ਉਹ ਕਰੋ। ਖਬਰ ਬਾਹਰ ਦੇ ਬਾਹਰ ਤੋਂ ਬਾਹਰ ਗਈਆਂ, ਆਪਣੀ ਜਾਨ ਤੋਂ ਹੱਥ ਧੋ ਬੈਠਣਗੀਆਂ। ਤੁਹਾਡੇ ਵਰਗੀਆਂ ਹੋਰ ਬਹੁਤ ਉੱਥੇ ਚੜੇਲਾਂ ਅੰਦਰ ਬੰਨ ਰੱਖੀਆਂ। ਰੋਣਾ ਨਹੀਂ, ਰੋਂਦੇ ਚਿਹਰੇ ਮੈਨੂੰ ਚੰਗੇ ਨਹੀਂ ਲੱਗਦੇ। ਮੈਨੂੰ ਤਾਂ ਹੱਸਮੁੱਖ ਜੇ ਸੋਹਣੇ ਸੋਹਣੇ ਸਜੇ ਸਜੇ ਜਿਵੇਂ ਅਸੀਂ ਦੋਨੋਂ ਇੱਦਾਂ ਦੇ ਚਿਹਰੇ ਸੋਹਣੇ ਲੱਗਦੇ ਆ। ਕੋਈ ਨਾ ਜੀ, ਘਬਰਾ ਗਈ। ਮੇਰੀ ਗੱਲ ਸੁਣ ਲੈ, ਜੇ ਬਾਲਾ ਫੜਫੜਾਉਣ ਦੀ ਕੋਸ਼ਿਸ਼ ਕੀਤੀ ਨਾ, ਫਿਰ ਦੇਖ ਲਈ ਮੈਂ ਤੇਰੀਆਂ ਅੱਖਾਂ ਪਛਾਣ ਲਈਆਂ। ਤੇਰਾ ਦਿਮਾਗ ਕੁਛ ਜ਼ਿਆਦਾ ਕੰਮ ਕਰਦਾ। ਜੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਨਾ, ਮੇਰੇ ਤੋਂ ਬੁਰਾ ਕੋਈ ਨਹੀਂ ਲੱਗੀ, ਸਮਝ? ਚੱਲ ਉਹਦੇ ਮਗਰ। ਰਾਣੀ, ਹਾਂਜੀ, ਕਰਮੀ ਨੂੰ ਸਮਝਾ ਦੇਣਾ ਸੀ, ਇਹਨਾਂ ਨੂੰ ਸਮਝਾ ਦੇਵੇ। ਜੇ ਨਹੀਂ ਕਿਸੇ ਨੱਠਣ ਭੱਜਣ ਦੀ ਕੋਸ਼ਿਸ਼ ਕੀਤੀ ਨਾ, ਕੋਈ ਗੱਲ ਨਹੀਂ, ਕਰਮਾ ਭਾਵੇਂ ਲੱਤਵਾਂ ਤੋੜ ਦੇਵੇ ਇਹਨਾਂ ਦੀ। ਮੈਡਮ ਜੀ, ਤੁਸੀਂ ਫਿਕਰ ਕਾਹਤੇ ਕਰਦੇ ਹੋ? ਇਹ ਨੱਠ ਭੱਜ ਭੱਜਣ ਤਾਂ ਆਪਾਂ ਉਹ ਨਹੀਂ ਦਿੱਤੀ ਜਿਹੜੀ ਭੱਜਣ ਦੀ ਔਕਾਤ 'ਚ ਸੀਗੀ, ਇਹ ਕਿੱਥੋਂ ਭੱਜ ਲੈਣਗੀਆਂ? ਅਤੇ ਨਾਲੇ ਮੇਰੀ ਗੱਲ ਸੁਣ, ਉਹ ਮੇਰੇ ਕੋਲ ਸਮਾਜ ਸੇਵੀ ਜਿਹਾ ਗੁਰਚਰਨ ਸਿੰਘ ਆਉਣ ਵਾਲਾ ਆ, ਪਤਾ ਨਹੀਂ ਹੁਣ ਕੀ ਕਰਨਾ ਹੋਊਗਾ ਕੀ ਨਹੀਂ। ਮੈਂ ਉਹਨੂੰ ਸੰਭਾਲਦੀ ਹਾਂ, ਇਹਨਾਂ ਨੂੰ ਦੂਰੇ ਰੱਖੀ ਅਤੇ ਪਾਣੀ ਤਾਣੀ ਆਪ ਫੜਾਈ। ਦੂਰ ਨੇੜੇ ਨਾ ਜਾਈ, ਮੇਰੇ ਆਸੇ ਪਾਸੇ ਰਹੀ, ਕਿਤੇ ਉਹਨੂੰ ਭਣਕ ਪੈ ਗਈ ਨਾ। ਇੱਦਾਂ ਦੇ ਬੰਦੇ ਜਿਹੜੇ ਮਿੰਨੇ ਮਿਸਣੇ ਹੁੰਦੇ ਆ, ਉਹ ਜ਼ਿਆਦਾ ਤੰਗ ਕਰਦੇ ਆ, ਇਹਨਾਂ ਦੀਆਂ ਜੜ੍ਹਾਂ ਬਹੁਤ ਲੰਬੀਆਂ ਹੁੰਦੀਆਂ। ਜੋ ਹੁਕਮ ਮੈਡਮ ਜੀ। ਇਹਨਾਂ ਨੂੰ ਦੇਖ ਅਤੇ ਚਾਹ ਪਾਣੀ ਪਵਾ ਦੇ, ਫਿਰ ਵੀ ਆਪਾਂ ਇਨਸਾਨ ਆ। ਹੁਣ ਗੁਰਚਰਨ ਪਤਾ ਨਹੀਂ ਕੀ ਕਰਨ ਆ ਰਿਹਾ, ਦੇਖਦੀ ਹਾਂ, ਫਿਰ ਨਾ ਕੋਈ ਵਿਗਾੜ ਪਾ ਦੇਵੇ ਵੀ ਮੈਡਮ ਜੀ ਆਹ ਕੰਮ ਕਰਨਾ, ਥੋੜ੍ਹੀ ਜਿਹੀ ਜਮ੍ਹਾਂ ਪੂੰਜੀ ਤਾਂ ਦੇ ਦਿਓ। ਕੋਈ ਨਹੀਂ, ਦੇਖਦੀ ਹਾਂ, ਅੱਜ ਇਹਦਾ ਵੀ ਟਾਲਾ ਬੁੱਤਾ ਕਰਨਾ ਹੀ ਪੈਣਾ। ਕਰਮੇ, ਇਹਨਾਂ ਨੂੰ ਸਾਰਾ ਕੁਛ ਚੰਗੀ ਤਰ੍ਹਾਂ ਸਮਝਾ ਦੇ, ਨਾਲੇ ਮੈਡਮ ਦੇ ਸੁਭਾਅ ਬਾਰੇ ਦੱਸ। ਹਾਂ, ਇੱਕ ਗੱਲ ਹੋਰ, ਇਹਨਾਂ ਨੂੰ ਕਹਿ ਮੂੰਹ ਉਦੋਂ ਹੀ ਖੋਲਣਾ ਜਦੋਂ ਖਾਣਾ ਖਾਣਾ। ਠੀਕ ਹੈ। ਸਾਰੀ ਕਹਾਣੀ ਬਾਅਦ ਚ ਦੱਸੋ। ਇਹ ਵੀ ਆਪਣੇ ਮੂੰਹ ਮੁਸੀਬਤ ਦਾ ਮਾਰ, ਤੂੰ ਤਾਂ ਇਸੇ ਪਿੰਡ ਦੇ ਲਵੇ ਲੱਗਦਾ, ਮੈਨੂੰ ਤਾਂ ਇਸੇ ਪਿੰਡ ਚੋਂ ਤਾਂ ਨਹੀਂ ਕਿਤੇ। ਹਾਂ, ਮੈਂ ਇਸੇ ਪਿੰਡ ਚ। ਫਿਰ ਮੈਨੂੰ ਇਹ ਦੱਸ ਤੂੰ ਇਹੋ ਜਿਹੀ ਥਾਂ 'ਤੇ ਕੀ ਕਰਦਾ ਹੈਗਾ? ਬਸ ਤੁਸੀਂ ਮੇਰੇ ਬਾਰੇ ਕੀ ਪੁੱਛਦੇ ਹੋ? ਜਿਹੜੀ ਮੇਰੇ ਨਾਲ ਬਣੀ ਹੈ ਉਹ ਤਾਂ ਰੱਬ ਕਿਸੇ ਨਾਲ ਨਾ ਬਣਾਵੇ, ਪਰ ਮੈਨੂੰ ਇਹ ਦੱਸੋ ਵੀ
ਤੁਹਾਨੂੰ ਕਿਵੇਂ ਲੈ ਆਇਆ? ਮੇਰੀ ਵੀ ਗੱਲ ਸੁਣਾ, ਪਹਿਲਾਂ ਮੈਨੂੰ ਦੱਸ ਦਿੰਦੇ। ਮੈਂ ਤਾਂ ਕੰਮ ਦੀ ਭਾਲ 'ਚ ਸੀ, ਮੈਨੂੰ ਨਾ ਜਦੋਂ 2-3 ਮਹੀਨੇ ਹੋ ਗਏ ਕੰਮ ਦੇ ਪੈਸੇ ਨਹੀਂ ਦਿੱਤੇ, ਮੈਨੂੰ ਧੱਕੇ ਮਾਰ ਕੇ ਕੱਢਤਾ ਮਾਲਕਣੀ ਨੇ। ਇਤਨੀ ਇਹ ਮੇਰੇ ਮਗਰ ਆਉਂਦੀ ਸੀ, ਉਹ ਮੋਟੀ ਜੀ ਕਹਿੰਦੀ ਕੀ ਗੱਲ ਹੈ? ਮੈਂ ਜਦੋਂ ਦੇਖਿਆ, ਮੈਂ ਕਿਹਾ ਮੈਂ ਤਾਂ ਕੰਮ ਦੀ ਭਾਲ 'ਚ ਆ, ਬੰਦਾ ਮੇਰੇ ਸਿਰ 'ਤੇ ਨਹੀਂ ਹੈਗਾ, ਨਾ ਕੋਈ ਮੇਰੇ ਬਾਲ ਬੱਚੇ ਹੈਗਾ, ਟਾਈਮ ਪਾਸ ਕਰਦੀ ਹੈਗੀ। ਮੈਨੂੰ ਕਹਿੰਦੀ ਕੋਈ ਨਹੀਂ, ਫਿਕਰ ਨਾ ਕਰ, ਤੈਨੂੰ ਕੰਮ ਮੈਂ ਦਵਾਵਾਂਗੀ, ਮੈਨੂੰ ਤਾਂ ਇਸ ਜਾਲ 'ਚ ਲੈ ਕੇ ਆਈ ਹੈ ਇਹ। ਅਤੇ ਇੱਥੇ ਆ ਕੇ ਪਤਾ ਲੱਗਿਆ ਹੋਰ ਹੀ ਰੰਗ ਢੰਗ ਇਹਨਾਂ ਦੇ, ਮੈਨੂੰ ਤਾਂ ਡਰ ਲੱਗਦਾ ਹੈ। ਬਸ ਇਹ ਅਸੀਂ ਜਾਲ 'ਚ ਫਸਾ ਕੇ ਲਿਆਉਂਦੀਆਂ ਨੇ, ਇੱਥੇ ਹਜ਼ਾਰਾਂ ਹੀ ਕੁੜੀਆਂ ਤੁਰੀਆਂ ਫਿਰਦੀਆਂ ਨੇ। ਸਾਨੂੰ ਵੀਰਵਾਰ ਤੂੰ ਬਾਹਰ ਕਢਵਾ ਦੇ। ਬਾਹਰ ਬਾਹਰ ਤਾਂ ਮੈਂ ਆਪ ਨਿਕਲਣ ਨੂੰ ਫਿਰਦਾ, ਪਰ ਅੱਜ ਤੱਕ ਤੂੰ ਮੇਰੇ ਪੁੱਤਾਂ ਵਰਗਾ ਹੈਗਾ, ਤੂੰ ਹੀ ਸਾਡੀ ਹੈਲਪ ਕਰਦੇ ਪੁੱਤ। ਮੈਂ ਵੀ ਇੱਥੇ ਬਹੁਤ ਮਜਬੂਰ ਹਾਂ, ਮੈਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ, ਪਰ ਮੈਨੂੰ ਤਾਂ ਜੋ ਰੋਟੀ ਕਹੋਗੇ ਰੋਟੀ ਲਿਆ ਦਿਓ, ਜੇ ਪਾਣੀ ਕਹੋਗੇ ਪਾਣੀ ਲਿਆ ਦਿਓ। ਚੱਲ ਹੌਸਲਾ ਰੱਖ, ਬਹਿ ਜਾਓ, ਮੈਂ ਲਿਆਉਂਦਾ ਕੁਛ ਖਾਣ ਨੂੰ। ਮੋਟੋ ਜੀ ਚਲਾਕ ਹੈਗੀ, ਚਲਾਕ ਦੇਖ ਲਾ, ਗੱਲ ਚ ਨੀ ਆਉਣ ਦਿੰਦੀ ਸੀਗੀ। ਕਹਿੰਦੀ ਬਸ ਉਹਨੂੰ ਕੰਮ ਤੇ ਲਵਾ ਦੂ, ਤੁਸੀਂ ਕੀ ਕੰਮ ਕਰ ਸਕਦੀ ਹੋ ਦੱਸ? ਮੈਂ ਵੀ ਭੈਣੇ ਤੈਨੂੰ ਦੇਖ ਕੇ ਹਾਂ ਕਰਦੀ, ਮੈਂ ਕਿਹਾ ਚੱਲ ਤੂੰ ਵੀ ਮੇਰੀ ਵਰਗੀ ਹੈ, ਕੰਮ ਦੀ ਮਾਰੀ ਹੋਈ ਗੱਲ ਸੁਣ। ਇਹ ਆਪਣੇ ਨਾ ਜਵਾਕਾਂ ਵਰਗਾ ਹੈਗਾ, ਆਪਾਂ ਇਹਦੇ ਨਾਲ ਗੱਲ ਕੁਛ ਕਰਾਂਗੇ, ਆਪਾਂ ਨੂੰ ਦੱਸ ਦਿਓ, ਇਹਦੇ ਨਾਲ ਆਪਾਂ ਕੌੜੀਆਂ ਨਹੀਂ ਹੁੰਦੀਆਂ ਨੀ, ਸਮਝ ਗਈ? ਉਹ ਮੁੰਡੀ ਜੀ ਅੱਖ ਰੱਖੀ, ਬਸ ਦੁੱਧ ਪਾ ਕਰ, ਚੁੱਪ ਕਰ ਜਾ, ਚੁੱਪ ਕਰ ਜਾ, ਸੁਣ ਨਾ ਜਾਵੇ। ਹੇ ਬਾਬਾ, ਤੂੰ ਬਚਾਈ ਇਹੋ ਜਿਹੇ ਬੰਦਿਆਂ ਤੋਂ, ਪਤਾ ਨਹੀਂ ਕੌਣ ਸੀ ਉਹ, ਕੌਣ ਜੂਆ। ਹੋ ਸਭ ਠੀਕ ਹੈ? ਬਹੁਤ ਵਧੀਆ ਜੀ, ਤੁਸੀਂ ਦੱਸੋ, ਉਹ ਲੜਕੀਆਂ ਦੇ ਹੋ ਗਿਆ ਸੀ ਵਿਆਹ ਜਿਹੜਾ 1.5-2 ਮਹੀਨੇ ਪਹਿਲਾਂ ਤੁਸੀਂ ਲੈ ਕੇ ਗਏ ਸੀ? ਉਸੇ ਨੇ ਤਾਂ ਸਾਰੇ ਥੋੜ੍ਹੀ ਚਰਚਾ ਕਰਤੀ ਜੀ, ਜਦੋਂ ਤੁਹਾਡਾ ਉੱਥੇ ਨਾਂ ਲਿਖਿਆ ਨਾ ਮੋਟੇ ਅੱਖਰਾਂ 'ਚ, ਕਿਆ ਬਾਤ ਆ, ਕਹਿੰਦੇ ਇਹੋ ਜਿਹਾ ਕਿਹੜਾ ਬੰਦਾ ਉੱਠ ਖੜਿਆ ਇੱਥੇ, ਫਿਰ ਅਗਲੇ ਨੂੰ ਸਮਾਰ ਕੇ ਵਿਸਤਾਰ ਨਾਲ ਗੱਲ ਸਮਝਾਈ ਮੈਂ, ਬੱਲੇ ਬੱਲੇ ਹੋ ਗਏ ਤੁਹਾਡੀ ਤਾਂ, ਤੁਸੀਂ ਤਾਂ ਸਾਰੇ ਕਿਤੇ ਸਾਹ ਗਏ ਸਾਹ। ਸਰਦਾਰ ਸਾਹਿਬ, ਤੁਸੀਂ ਦੱਸਣਾ ਨਹੀਂ ਸੀ, ਮੈਂ ਤਾਂ ਆਪਣੇ ਵੱਲੋਂ ਗੁਪਤਦਾਨ ਕੀਤਾ ਸੀ, ਚਰਚੇ ਜਿਹਾ ਕਰਾਉਣੇ ਨਾ ਮੈਨੂੰ ਚੰਗੇ ਨਹੀਂ ਲੱਗਦੇ। ਓਹੋ, ਉਹ ਐਂ ਨਹੀਂ ਗੱਲ ਹੁੰਦੀ, ਜੇ ਆਪਾਂ ਗੁਪਤਦਾਨ ਵੀ ਰਖਾ ਦਿੰਦੇ ਫਿਰ ਕਿਸੇ ਨੂੰ ਕੀ ਪਤਾ ਲੱਗਦਾ, ਹੁਣ ਤੁਹਾਨੂੰ ਦੂਰ ਤੱਕ ਪਤਾ ਲੱਗ ਗਿਆ, ਹੁਣ ਭੈਣ ਭਾਈ ਜਿਹਨੂੰ ਲੋੜ ਹੁੰਦੀ ਆ ਤੁਹਾਡੇ ਕੋਲ ਆ ਤਾਂ ਜਾਇਆ ਕਰੂਗਾ, ਗੱਲ ਇਹ ਹੈ। ਚਲੋ, ਮੈਨੂੰ ਤਾਂ ਜਿੱਥੇ ਕੋਈ ਗਰੀਬ ਪਰਿਵਾਰ, ਗਰੀਬ ਫੈਮਿਲੀ, ਗਰੀਬ ਧੀ ਪੁੱਤ ਮਿਲਦਾ, ਮੈਂ ਤਾਂ ਉੱਥੇ ਮਦਦ ਕਰਨ ਪਹੁੰਚ ਜਾਂਦੀ ਹਾਂ, ਤੁਹਾਨੂੰ ਪਤਾ ਹੀ ਹੈ ਜੀ। ਨਹੀਂ ਨਹੀਂ, ਬਹੁਤ ਸੁਣਿਆ, ਆ ਗਰੀਬ ਘਰ ਦੇ ਕੁੜੀਆਂ ਨੂੰ ਉਹਨੂੰ ਕੰਮ 'ਤੇ ਦਵਾ ਤਾ, ਉਹਨੂੰ ਨੌਕਰੀ ਦਵਾ ਤੀ, ਆਹ ਤਾਂ ਗੱਲ ਹੁਣ ਸੁਣੀ ਹੈਗੀ, ਕਹਿੰਦੇ ਇੱਕ ਨੂੰ ਕੰਮ ਦਵਾਉਣਾ ਤੁਸੀਂ, ਆਹ ਬਹੁਤ ਵਧੀਆ ਕੰਮ ਕਰਦੇ ਹੋ, ਜਿਹੜਾ ਗਰੀਬ ਨੂੰ ਕੰਮ ਦਵਾਉਣਾ ਜੀ। ਪਾਣੀ ਪਿਓ ਜੀ। ਇਹ ਬਹੁਤ ਚੰਗੀ ਗੱਲ ਆ ਤੁਹਾਡੀ। ਹੋਰ ਰਾਣੀ ਠੀਕ ਹੈ? ਹਾਂਜੀ ਠੀਕ ਠਾਕ ਮੈਡਮ ਜੀ। ਇਹ ਭੈਣ ਜੀ ਮੇਰੇ ਨਾਲ ਹੀ ਰਹਿੰਦੇ ਨੇ। ਠੀਕ ਹੈ ਹਾਂਜੀ, ਸ੍ਰੀ ਅਕਾਲ। ਹਾਂ, ਬਸ ਮੇਰੇ ਨਾਲੋਂ ਵੱਧ ਕਿਰਪਾ ਤਾਂ ਇਹਦੀ ਹੈ, ਇਹੀ ਜਿੰਨੇ ਸਮਾਜ ਸੇਵੀ ਦੇ ਕੰਮ ਕਰਦੀ ਆ, ਵੱਧ ਚੜ ਕੇ ਕਰਦੀ ਆ, ਮੈਂ ਤਾਂ ਬਸ ਇਹਨੂੰ ਹੁਕਮ ਹੀ ਲਾਉਣਾ ਹੁੰਦਾ ਵੀ ਰਾਣੀ ਆਹ ਕੰਮ ਕਰਦੇ, ਰਾਣੀ ਆਹ ਕੰਮ ਕਰਦੇ, ਗਰੀਬ ਕੁੜੀਆਂ ਬਾਰੇ ਤਾਂ ਇਹੀ ਪਤਾ ਕਰਦੀ ਆ ਵਿਚਾਰੀ,
ਫਿਰ ਕੰਮ ਲੱਭ ਕੇ ਦਿੰਦੀ ਉਹਨਾਂ ਨੂੰ। ਚਲੋ ਚੰਗੀ ਗੱਲ ਹੈ ਜੀ, ਜਿਹੜਾ ਤੁਸੀਂ ਕੰਮ ਵਾਲਾ ਕੰਮ ਆ ਨਾ, ਇਹ ਤਾਂ ਕਹਿੰਦੇ ਦਾਨ ਕੰਮ ਨਾਲੋਂ ਵੀ ਵੱਡਾ ਗਾ। ਅਸੀਂ ਦਾਨ ਕਰਦੇ ਹਾਂ ਉਹਦਾ ਨਹੀਂ, ਜਿਹੜਾ ਇਹਦਾ ਪੁੰਨ ਜ਼ਿਆਦਾ ਲੱਗਦਾ, ਜਿਹੜਾ ਆਪਾਂ ਕਿਸੇ ਗਰੀਬ ਘਰ ਦੀ ਕੁੜੀ ਨੂੰ ਕੰਮ ਦਵਾਉਂਦੇ ਹਾਂ ਜੀ। ਬਿਲਕੁਲ ਜੀ, ਚਲੋ ਦੋ ਪੈਸੇ ਕਮਾਉਣ ਜੋਗੀ ਗਰੀਬ ਘਰ ਦੀ ਧੀ ਹੋ ਜਾਂਦੀ ਆ। ਬਾਕੀ ਤੁਹਾਨੂੰ ਪਤਾ ਹੀ ਆ ਸਮਾਜ ਵਿੱਚ ਅੱਜ ਕੱਲ੍ਹ ਕੀ ਚੱਲਦਾ ਕੀ ਨਹੀਂ, ਬਸ ਆਪਾਂ ਤਾਂ ਪੁੰਨ ਦੇ ਕੰਮ ਕਰੀ ਜਾਂਦੇ ਹਾਂ, ਰੱਬ ਇਹੀ ਕਰਾਈ ਜਾਵੇ। ਬਹੁਤ ਵਧੀਆ ਗੱਲ ਹੈ ਜੀ, ਬਾਕੀ ਤੁਹਾਡੇ ਵਰਗੇ ਭੈਣ ਭਾਈਆਂ ਦਾ ਸਾਥ ਚਾਹੀਦਾ। ਚਲੋ ਕੋਈ ਗੱਲ ਨਹੀਂ ਜੀ, ਇੱਕ ਨਾ ਮੈਂ ਤੁਹਾਡੇ ਕੋਲ ਕੰਮ ਆਇਆ ਸੀਗਾ ਜੀ। ਹਾਂਜੀ, ਇੱਕ ਨਾ ਆਪਣੇ ਇੱਥੇ ਗੱਲ ਸੁਣੀ ਆ ਵੀ ਕੋਈ ਗਰੋਹ ਚੱਲਦਾ ਗਾ ਵੀ ਕੁੜੀਆਂ ਨੂੰ ਫੜ ਫੜ ਕੇ ਗਲਤ ਕੰਮ ਕਰਾਉਣੇ, ਅਤੇ ਮੈਂ ਤਾਂ ਤੁਹਾਡੇ ਕੋਲ ਆਇਆ ਸੀਗਾ। ਮੈਂ ਕਿਹਾ ਸੁਣ ਇਹ ਕੰਮ ਤੁਹਾਡਾ ਵੱਡਾ ਗਾ, ਜਾਣਕਾਰੀ ਜ਼ਿਆਦਾ ਹੋਈ, ਮਾੜਾ ਜਿਹਾ ਗੱਲ ਧਿਆਨ 'ਤੇ ਰੱਖੀ। ਅੱਛਾ, ਗਰੋਹ ਚੱਲਦਾ? ਪੂਰਾ ਗਰੋਹ ਆ ਜੀ, ਸੁਣਿਆ ਤਾਂ ਹੈ ਨਹੀਂ ਕਦੀ, ਪਰ ਫਿਰ ਵੀ ਜੇ ਤੁਸੀਂ ਸਰਦਾਰ ਜੀ ਕਹਿੰਦੇ ਹੋ ਤਾਂ ਮੈਂ ਸੱਚੋ ਸਾਹਿਬ ਨਾਲ ਕਰੂੰਗੀ ਗੱਲ ਜੀ। ਤਾਂ ਹੀ ਮੈਂ ਤੁਹਾਡੇ ਕੋਲ ਚੱਲ ਕੇ ਜੀ, ਉਹ ਤੁਹਾਡੀ ਪਹੁੰਚ ਤਾਂ ਦੂਰ ਤੱਕ ਆ ਗਈ। ਕੋਈ ਗੱਲ ਨਹੀਂ, ਮੈਂ ਡੀ ਐੱਸ ਪੀ ਸਾਹਿਬ ਨੂੰ ਤਾਂ ਕੱਲ੍ਹ ਨੂੰ ਮਿਲਣਾ, ਪਰ ਮੈਂ ਸ਼ਾਮ ਨੂੰ ਐੱਸ ਐੱਚ ਓ ਸਾਹਿਬ ਨੂੰ ਫੋਨ ਕਰਕੇ ਪੁੱਛ ਲਊਂਗੀ। ਕਿਉਂ ਰਾਣੀ? ਹਾਂਜੀ ਮੈਡਮ ਜੀ, ਮੈਡਮ ਚਾਹ? ਨਹੀਂ ਮੈਨੂੰ ਤਾਂ ਰਾਣੀ ਪਾਣੀ ਲਿਆ ਦੇ, ਮੈਨੂੰ ਥੋੜ੍ਹੀ ਘਬਰਾਈ ਜਿਹੀ ਹੋਣ ਲੱਗ ਪਈ। ਬਾਈ ਜੀ, ਜਿਹੜੀ ਤੁਸੀਂ ਗੱਲ ਦੱਸੀ ਆ ਨਾ, ਮੈਂ ਇਸ ਗੱਲ 'ਤੇ ਗੌਰ ਜ਼ਰੂਰ ਕਰੂੰਗੀ, ਕਿਉਂਕਿ ਕਿਸੇ ਗਰੀਬ ਦੀ ਧੀ ਦਾ ਭਲਾ ਹੋ ਜਾਊਗਾ, ਆਪਾਂ ਦਾ ਕੀ ਘਟਣਾ ਵਧਣਾ। ਸਹੀ ਗੱਲ ਹੈ ਜੀ, ਤਾਂ ਹੀ ਮੈਂ ਤੁਹਾਡੇ ਕੋਲ ਚੱਲ ਕੇ, ਜਦੋਂ ਵੀ ਮੈਨੂੰ ਗੱਲ ਦਾ ਪਤਾ ਲੱਗਿਆ ਦੱਸੀ ਕਿਸੇ ਬੰਦੇ ਨੇ, ਮੇਰੇ ਦਿਮਾਗ 'ਚ ਪਹਿਲੀ ਗੱਲ ਆ ਤੁਹਾਡੀ ਆ ਗਈ, ਮੈਂ ਇਹ ਕੰਮ ਉਹੀ ਕਰ ਸਕਦੇ ਹਾਂ। ਬਾਈ ਇਹ ਗੱਲ ਦੱਸੀ ਵੈਸੇ ਤੁਹਾਨੂੰ ਕਿਹਨੇ ਆ? ਉਹ ਮੈਨੂੰ ਵੀ ਕੋਈ ਬੰਦਾ ਦੱਸਿਆ ਸੀਗਾ, ਖਾਸ ਬੰਦੇ ਸੀ ਆਪਣਾ, ਉਹਨੇ ਦੱਸੀ ਸੀਗੀ। ਗਰੋਹ ਬਾਰੇ ਨਹੀਂ ਕੁਛ ਪਤਾ ਲੱਗਾ ਵੇ? ਨਾ ਨਾ ਨਾ, ਉਹ ਕਹਿੰਦਾ ਇਹ ਜਾਣਕਾਰੀ ਨਹੀਂ, ਅਸਾਂ ਇੰਨੀ ਗੱਲ ਜਾਣਕਾਰੀ ਹੈ ਪਿੰਡਾਂ 'ਚ ਕੁੜੀਆਂ ਜ਼ਿਆਦਾ ਗਾਇਬ ਹੋ ਜਾਂਦੀਆਂ ਨੇ, ਵੀ ਜਾਂਦੇ ਆ ਕਿੱਥੇ, ਫਿਰ ਇਹਦਾ ਮਤਲਬ ਤਾਂ ਕਹਿੰਦਾ ਇਹ ਬਣ ਗਿਆ ਵੀ ਕੋਈ ਗਰੋਹ ਆ ਵੀ ਜਿਹੜਾ ਕੁੜੀਆਂ ਨੂੰ ਸਮਝਾ ਬੁਝਾ ਕੇ ਲੈ ਜਾਂਦੇ। ਅੱਛਾ ਕੋਈ ਨਹੀਂ, ਮੈਂ ਸੱਚ ਸਭ ਨੂੰ ਫੋਨ ਕਰਦੀ ਹਾਂ। ਅਤੇ ਜਿਹੜੀਆਂ ਕੁੜੀਆਂ ਗਈਆਂ ਗੀਆਂ ਉਹ ਵੀ ਗਰੀਬ ਘਰ ਦੀਆਂ ਗਈਆਂ ਜੀ। ਅੱਛਾ, ਹਾਂ ਇਹ ਵੀ ਸੋਚਣ ਵਾਲੀ ਗੱਲ ਆ। ਓਹੋ ਮੈਡਮ ਜੀ, ਤੁਸੀਂ ਕਿਉਂ ਟੈਨਸ਼ਨ ਨਾ ਲਓ। ਨਹੀਂ ਨਹੀਂ ਮੈਡਮ, ਗੱਲ ਕਰ ਲਾਂਗੇ। ਨਹੀਂ ਜੀ ਮੈਡਮ, ਟੈਨਸ਼ਨ ਹੋ ਗਈ ਕਿਵੇਂ ਨਾ, ਇਹਨੂੰ ਐਂ ਟੈਨਸ਼ਨ ਹੋ ਗਈ ਵੀ ਇਹ ਚੰਗਾ ਭਲਾ ਕੰਮ ਕਰਦੇ ਵਧੀਆ, ਇਹ ਫਿਰ ਟੈਨਸ਼ਨ ਤਾਂ ਹੋ ਗਈ ਵੀ ਇਹ ਕੀ ਹੋਈ ਜਾਂਦਾ ਆਪਣੇ। ਜਿਹੜੇ ਬੰਦੇ ਨੇ ਮਾੜਾ ਕੰਮ ਨਾ ਕੀਤਾ ਹੋਵੇ ਨਾ, ਉਹ ਬੰਦੇ ਨੂੰ ਟੈਨਸ਼ਨ ਹੋਊਗੀ ਹੋਊਗੀ ਜੀ। ਹਾਂਜੀ, ਇਹਨਾਂ ਨੇ ਹੁਣ ਪਤਾ ਸਾਰੀ ਜ਼ਿੰਦਗੀ ਚੰਗੇ ਕੰਮ ਕੀਤੇ ਆ, ਅਤੇ ਫਿਰ ਚੰਗੇ ਇਹੋ ਜਿਹੇ ਕੰਮ ਦੀ ਟੈਨਸ਼ਨ ਹੋਊਗੀ ਹੋਊਗੀ। ਗੱਲ ਇਹ ਹੁੰਦੀ ਆ, ਆਹ ਦੇਖ ਚਿਹਰਾ ਉਤਰ ਗਿਆ ਜੀ ਇਹਨਾਂ ਦਾ, ਇਹ ਗੱਲ ਤੁਸੀਂ ਇੰਨਾ ਲਓ ਜੀ, ਕੋਈ ਗੱਲ ਨਹੀਂ, ਆਪੇ ਹੋਣੀ ਹੋਣੀ ਪਤਾ, ਟੈਨਸ਼ਨ ਤਾਂ ਹੋਈ ਜਾਂਦੀ ਆ, ਪਰ ਕੋਈ ਗੱਲ ਨਹੀਂ, ਮੈਂ ਐਸ ਐੱਚ ਓ ਨੂੰ ਫੋਨ ਕਰਦੀ ਹਾਂ ਅਤੇ ਫਿਰ ਕਰਦੀ ਹਾਂ ਮੈਂ ਗੱਲ। ਠੀਕ ਹੈ ਜੀ, ਠੀਕ ਹੈ, ਤੁਹਾਡੀ ਗੱਲ ਮੈਂ ਸਮਝ ਗਿਆ ਜੀ। ਮੈਂ ਤਾਂ ਤੁਹਾਡੇ ਕੋਲ ਆਸ ਨਾਲ ਹੀ ਆਇਆ ਸੀਗਾ ਜੀ। ਰੀਤ ਕੌਣ ਜੀ? ਹਾਂਜੀ, ਆਹ ਕੁੜੀ ਤੁਹਾਡੇ ਕੋਲ ਕਿਵੇਂ ਆ ਗਈ ਜੀ? ਰੀਤ? ਰੀਤ ਕੌਣ? ਰੀਤ ਜੀ ਆਹ ਜਿਹੜੀ ਨਾਂਕੇ ਗਈ ਹੈ ਜੀ। ਨਹੀਂ ਨਹੀਂ ਬੋਲੋ, ਨਹੀਂ ਨਹੀਂ ਇਹ ਰੀਤ ਨਹੀਂ ਹੈਗੀ ਜੀ, ਇਹ ਤਾਂ ਜੀ ਭੁਲੇਖਾ ਤੁਹਾਡਾ, ਇਹ ਤਾਂ ਕਈ ਵਾਰੀ ਚਿਹਰੇ ਨਾਲ ਚਿਹਰਾ ਮਿਲ ਜਾਂਦਾ ਸਰਦਾਰ ਜੀ। ਬਾਕੀ ਇਹ ਕੁੜੀ ਸਾਡੀ ਦੂਰ ਦੀ ਰਿਸ਼ਤੇਦਾਰੀ ਚੋਂ ਆ। ਸਰ ਰਿਸ਼ਤੇਦਾਰੀ ਚੋਂ ਆ, ਇਹਦੇ ਨਾਲ ਦੀ ਕੁੜੀ ਸੀ। ਚਲ ਮੈਂ ਪੈ ਜਾਂਦਾ, ਕੀ ਗੱਲ ਹੋ ਗਈ ਜੀ? ਬਸ ਬਸ, ਫੇਰ ਤਾਂ ਗੱਲ ਕਰਨ ਦੀ ਛੇੜ ਹੀ ਨਹੀਂ ਜੀ, ਮੈਂ ਤਾਂ ਬਸ ਫਿਰ ਵੀ ਦੱਸ ਦਿੰਦੇ ਜੇ ਕੋਈ ਮਦਦ ਕਰ ਸਕਦੀ ਆ ਮੈਂ। ਨਾ ਨਾ, ਮਦਦ ਤਾਂ ਬਸ ਹੁਣ ਤੁਸੀਂ ਆਹੀ ਕਰ ਦਿਓ ਜੀ, ਆਹੀ ਬਹੁਤਾ, ਬਸ ਜਿਹੜੇ ਤੁਹਾਨੂੰ ਕਿਹਾ ਆਹ ਗੱਲ ਦਾ ਧਿਆਨ ਰੱਖ ਲਿਓ, ਇਹ ਤਾਂ ਹੁਣ ਤੁਸੀਂ ਗੱਲ ਛੱਡੋ ਸਾਰੀ, ਬਸ ਜਿਹੜਾ ਤੁਹਾਨੂੰ ਆਹ ਕੰਮ ਕਿਹਾ ਨਾ ਇਹ ਕੰਮ ਤੁਸੀਂ ਕਰ ਸਕਦੇ ਹੋ, ਹੋਰ ਇੱਥੇ ਕਰਨ ਵਾਲਾ ਕੋਈ ਨਹੀਂ ਤੁਹਾਡੇ ਬਿਨਾਂ। ਤੁਸੀਂ ਟੈਨਸ਼ਨ ਨਾ ਲਓ ਜੀ, ਮੈਡਮ ਸਾਰਾ ਕੰਮ ਸੰਭਾਲ ਲੈਣਗੇ, ਆਖਿਰਕਾਰ ਮੈਡਮ ਜੀ ਆਹੀ ਕੰਮ ਕਰਦੇ ਆ ਸਾਰੇ, ਹਰੇਕ ਦੀ ਮਦਦ ਕਰਨੀ,
ਜੇ ਕੋਈ ਗਰੀਬ ਪਰਿਵਾਰ ਕੁੜੀਆਂ ਨੇ ਵਿਆਹ ਕਰਨੇ ਨੇ ਤੇ ਇਹ ਕੰਮ ਕਿਉਂ ਨਹੀਂ ਏਡਾ ਵੱਡਾ ਕਰਨਗੇ ਮੈਡਮ? ਨਹੀਂ, ਸਹੀ ਗੱਲ ਹੈ ਜੀ ਤੁਹਾਡੀ, ਸਹੀ ਗੱਲ ਆ। ਤਾਂ ਹੀ ਤੁਹਾਡੇ ਕੋਲ ਆਏ ਹਾਂ ਵੀ ਬੰਦੇ ਤਾਂ ਹੋਰ ਬਥੇਰੇ ਵਾਜਦੇ ਸੀ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹੋ ਜਿਹਾ ਕੰਮ ਹਰ ਕੋਈ ਨਹੀਂ ਕਰ ਸਕਦਾ। ਇਹ ਵੀ ਕਹਿੰਦੇ ਨੇ ਦਿਲ ਚਾਹੀਦਾ ਗਾ। ਇਹਨਾਂ ਨੂੰ ਕਹਿਤਾ ਹੁਣ ਆਹ ਦੇਖੋ, ਮਾੜੀ ਜਿਹੀ ਗੱਲ ਕਹੀ ਸੀ ਕਿਵੇਂ ਇਹਨਾਂ ਦਾ ਚਿਹਰਾ ਉਤਰ ਗਿਆ ਮੰਨ ਕੇ, ਇਹਨਾਂ ਦੇ ਮਨ 'ਤੇ ਬੋਝ, ਮੈਨੂੰ ਬੋਝ ਹੀ ਪੈ ਗਿਆ ਅਤੇ ਵੀ ਇਹ ਕੀ ਹੋ ਜਾਂਦਾ ਆਪਣੇ ਪੰਜਾਬ 'ਚ। ਇਹ ਤਾਂ ਤੁਸੀਂ ਬਹੁਤ ਵਧੀਆ ਕੀਤਾ ਜੀ, ਤੁਸੀਂ ਆਏ ਵੀ ਬਿਲਕੁਲ ਸਹੀ ਜਗ੍ਹਾ 'ਤੇ ਹੋ, ਕਿਉਂਕਿ ਹੋਰ ਕੋਈ ਮਦਦ ਕਰ ਹੀ ਨਹੀਂ ਸਕਦਾ। ਹੁਣ ਮੈਡਮ ਸਾਰਾ ਕੰਮ ਸੰਭਾਲ ਲੈਣਗੇ। ਮੈਡਮ ਜੀ ਹਾਂਜੀ ਹਾਂਜੀ, ਨਹੀਂ ਨਹੀਂ ਮੈਂ ਟੈਨਸ਼ਨ ਨਹੀਂ ਲੈਂਦੀ। ਚਲੋ ਠੀਕ ਹੈ ਜੀ, ਤੁਸੀਂ ਕੱਲ੍ਹ ਪਰਸ ਨੂੰ ਫੇਰ ਗੇੜਾ ਮਾਰ ਲਿਓ, ਫਿਰ ਪੁੱਛ ਲਿਓ ਜਾਂ ਫੋਨ ਕਰਕੇ ਪੁੱਛ ਲਿਓ ਵੀ SHO ਸਾਹਿਬ ਕੀ ਕਹਿੰਦੇ। ਵੈਸੇ ਤਾਂ ਮੈਂ DSP ਸਾਹਿਬ ਨਾਲ ਵੀ ਗੱਲ ਸ਼ੇਅਰ ਕਰੂੰਗੀ। ਬਸ ਤੁਹਾਨੂੰ ਤਾਂ ਫੋਨ 'ਤੇ ਪਤਾ ਲੱਗ ਜੂ, ਤੁਹਾਡਾ ਤਾਂ ਇੰਨਾ ਜ਼ੋਰ ਆ ਜੀ, ਤੁਸੀਂ ਤਾਂ ਬਥੇਰਾ ਪਤਾ ਲਵਾ ਲਓਗੇ। ਪਰ ਰੱਖੇ ਵਿੜਕ ਬਸ, ਤਾਂ ਹੱਕ ਤੁਹਾਡੇ ਕੋਲ ਦੱਸਣਾ। ਪਹਿਲਾਂ DSP ਸਾਹਿਬ ਨਹੀਂ ਜੀ, ਨਾ ਨਾ ਨਹੀਂ ਪਤਾ ਜੀ, ਦੁੱਖ ਹੋਇਆ ਮੁੱਖ ਮੰਤਰੀ ਤੱਕ ਵੀ ਅਸੀਂ ਪਹੁੰਚ ਕਰਾਂਗੇ। ਤਾਂ ਹੀ ਤੁਹਾਡੇ ਕੋਲ ਚੱਲ ਕੇ ਆਏ ਜੀ, ਤੁਹਾਡਾ ਤਾਂ ਖੱਬੇ ਹੱਥ ਦਾ ਕੰਮ ਆਗਾ। ਠੀਕ ਹੈ ਜੀ, ਠੀਕ ਹੈ ਨਾ, ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਜੇ ਕਿਸੇ ਮਦਦ ਦੀ ਲੋੜ ਹੋਈ ਬਾਈ ਸਾਹਿਬ ਦੱਸ ਦਿਓ। ਕੋਈ ਗੱਲ ਨਹੀਂ ਜੀ, ਪਹਿਲਾਂ ਵੀ ਤੁਸੀਂ ਸਾਡੇ ਨਾਲ ਖੜੇ ਹੋ, ਹੁਣ ਵੀ ਨਾਲ ਖੜੇ ਹੋ, ਇੰਨਾ ਤਾਂ ਬਹੁਤ ਆ ਜਿੰਨਾ ਤੁਸੀਂ ਕਰੀ ਜਾਂਦੇ ਹੋ ਜੀ, ਇੰਨਾ ਤਾਂ ਕੋਈ ਕਰਦਾ ਨਹੀਂਗਾ। ਠੀਕ ਹੈ, ਤੁਸੀਂ ਬਹੁਤ ਵਧੀਆ ਕੰਮ ਕਰੀ ਜਾਂਦੇ ਹੋ ਅਤੇ ਨਾਲੇ ਇਦੋਂ ਵਧੀਆ ਕੰਮ ਕਿਹੜਾ ਕਰ ਦੂਗਾ ਜੀ। ਠੀਕ ਹੈ, ਧੰਨਵਾਦ। ਬਸ ਆਹ ਕੰਮ ਆ, ਇਹਦੀ ਮਾੜੀ ਨਿਗਾਹ ਮਾਰ ਲਿਓ, ਜੇ ਕੋਈ ਨਿਗਾਹ 'ਚ ਆ ਗਿਆ ਤਾਂ ਕਹਿੰਦੇ ਹੁੰਦੇ ਕਿਸੇ ਗਰੀਬ ਘਰ ਦੀ ਕੁੜੀ ਧੀ ਧਿਆਣੀ ਆਪਦੇ ਘਰੇ ਜਾਂਦੀ ਹੋ ਜੂਗੀ। ਹਾਂਜੀ ਹਾਂਜੀ, ਜ਼ਰੂਰ ਜੀ। ਠੀਕ ਹੈ ਜੀ, ਚਲੋ ਠੀਕ ਹੈ ਜੀ, ਧੰਨਵਾਦ ਜੀ। ਧੰਨਵਾਦ ਜੀ। ਰੋਣੀ, ਤੈਨੂੰ ਕਿਹਨੇ ਕਿਹਾ ਸੀ ਰੀਤ ਇੱਥੇ ਆਈ ਕਿੱਦਾਂ ਸਾਡੇ ਰੂਮ 'ਚ? ਉਹਨੂੰ ਤੂੰ ਸਮਝਾ ਕੇ ਨਹੀਂ ਸੀ ਆਈ? ਮੈਡਮ ਜੀ, ਮੈਂ ਉਹਨੂੰ ਸਮਝਾ ਕੇ ਆਈ ਸੀ, ਮੈਂ ਉਹਨੂੰ ਕਹਿ ਕੇ ਆਈ ਸੀ ਵੀ ਰੁਕ ਕੇ ਆਉਣਾ, ਹੁਣ ਹੀ ਨਹੀਂ ਆਉਣਾ। ਔਰ ਦੇਖ ਲਾ, ਤੇਰੇ ਪਤੰਦਰ ਨੇ ਪਛਾਣ ਲਿਆ, ਜੇ ਬਾਹਰ ਜਾ ਕੇ ਗੱਲ ਕਰਤੀ ਖਰੇ ਕੀ ਕਰੂਗਾ, ਕਿਹੜੇ ਨਿਊਜ਼ ਪੇਪਰ ਵਿੱਚ ਨਾ ਆ ਜਾਵੇ। ਨਹੀਂ ਮੈਡਮ ਜੀ, ਉਹ ਤਾਂ ਆਪਾਂ ਨੇ ਗੱਲ ਸੰਭਾਲ ਲਈ ਵੀ ਸਾਡੀ ਰਿਸ਼ਤੇਦਾਰ ਹੈ। ਦਾਨੀਆਂ ਗੱਲਾਂ ਸੰਭਲਦੀਆਂ ਨਹੀਂ ਹੁੰਦੀਆਂ ਰਾਣੀ, ਤੂੰ ਐਡੀ ਵੱਡੀ ਗੱਲ ਤੇ ਕਰ ਕਿਵੇਂ ਗਈ? ਮੈਡਮ ਜੀ, ਇਹਨੂੰ ਮੈਂ ਬਹੁਤ ਕਹਿ ਕੇ ਸੀ ਵੀ ਬਾਅਦ 'ਚ ਆਉਣਾ, ਬਾਅਦ 'ਚ। ਬਸ ਮੇਰੀ ਇੱਕ ਗਲਤੀ ਰਹਿ ਗਈ ਕਿ ਮੈਂ ਬਾਹਰੋਂ ਕੁੰਡਾ ਨਹੀਂ ਲਾ ਕੇ ਆਈ। ਤੂੰ ਐਡੀ ਵੱਡੀ ਗਲਤੀ ਕਰ ਕਿਵੇਂ ਦਿੱਤੀ ਰਾਣੀ? ਪਤਾ ਨਹੀਂ ਹੁਣ ਕੀ ਹੋਊਗਾ ਕੀ ਨਹੀਂ। ਇਹ ਜਿਹੜਾ ਨਵਾਂ SHO ਆਇਆ, ਮੈਂ ਗੁਰਚਰਨ ਨੂੰ ਕਹਿ ਤਾਂ ਦਿੱਤਾ ਵੀ SHO ਨਾਲ ਗੱਲ ਕਰੂੰਗੀ, ਪਰ ਇਹ ਤਾਂ ਹਜੇ ਅੱਖ ਨਾਲ ਅੱਖ ਨਹੀਂ ਮਿਲਾਉਂਦਾ ਤੇ ਇੱਕ ਵਾਰ ਵੀ ਆਪਣੇ ਅੱਡੇ ਤੇ ਆਇਆ ਨਹੀਂ ਹਜੇ। ਜੇ ਇੱਕ ਵਾਰ ਵੀ ਆਪਣੇ ਅੱਡੇ ਤੇ SHO ਆ ਜਾਂਦਾ ਨਾ, ਮੈਂ ਕਾਣਾ ਕਰਕੇ ਭੇਜਣਾ ਸੀ ਤੇ ਫਿਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸੀ। ਪਰ ਗੱਲ ਤਾਂ ਇਹ ਆ ਵੀ ਹੁਣ SHO ਵੀ ਕਿਸੇ ਵੀ ਟਾਈਮ ਇੱਥੇ ਆ ਸਕਦਾ, ਇਹ ਬੰਦੇ ਦਾ ਵੀ ਪਤਾ ਨਹੀਂ ਕਿ SHO ਨੂੰ ਕਦੋਂ ਮਿਲ ਲਵੇ ਜਾ ਕੇ ਕਦੋਂ ਨਹੀਂ। SHO ਐ ਨਹੀਂ ਆਉਣ ਵਾਲਾ। SHO ਨੇ ਤਾਂ ਦੋ ਵਾਰੀ ਰਾਣੀ ਮੇਰਾ ਫੋਨ ਵੀ ਨਹੀਂ ਚੱਕਿਆ। ਮੈਨੂੰ ਉਹ ਸੰਤਰੀ ਦੱਸਦਾ ਸੀ ਵੀ ਬਾਲਾ ਅੜਬਸਵਾ ਚੱਕੀ ਫਿਰਦਾ, ਪਤਾ ਨਹੀਂ ਹੁਣ ਕੀ ਹੋਊਗਾ ਕੀ ਨਹੀਂ। ਮੈਨੂੰ ਤਾਂ ਟੈਨਸ਼ਨ ਹੀ ਪੈ ਗਈ। ਤੁਸੀਂ ਫਿਕਰ ਨਾ ਕਰੋ ਮੈਡਮ ਜੀ, ਆ ਟੈਨਸ਼ਨ ਤਾਂ ਬਿਲਕੁਲ ਹੀ ਨਾ ਕਰੋ। ਉਸ ਪੋਸੀਏ ਨਾਲੋਂ ਕੱਬਾ ਸੁਭਾਅ ਤਾਂ ਨਾ ਤੁਸੀਂ ਚੱਕੀ ਫਿਰਦੇ ਹੋ, ਨਾਲੇ ਉਹ SHO ਤੇਰਾ ਕੀ ਵਿਗਾੜ ਦੂ? ਕੁਛ ਨਹੀਂ ਵਿਗਾੜ ਸਕਦਾ, ਕੁਛ ਨਹੀਂ ਵਿਗਾੜ ਸਕਦਾ। ਪਰ ਜਦੋਂ ਉਹ ਇੱਥੇ ਆ ਗਿਆ ਨਾ ਇੱਕ ਵਾਰੀ, ਫਿਰ ਤਾਂ ਕੁਛ ਨਹੀਂ ਵਿਗਾੜ ਸਕਦਾ। ਪਰ ਇਹ ਬੰਦੇ ਦਾ ਗੁਰਚਰਨ ਦਾ, ਮੈਨੂੰ ਸੁਰੀਤ ਨੂੰ ਪਛਾਣਨਾ ਚੰਗਾ ਨਹੀਂ ਲੱਗਾ। ਪਤਾ ਨਹੀਂ ਹੁਣ ਕੀ ਹੋਣਾ ਕੀ ਨਹੀਂ। ਮੈਂ ਇੰਨਾ ਕਦੀ ਵੀ ਨਹੀਂ ਡਰੀ। ਮੈਡਮ ਜੀ, ਟੈਨਸ਼ਨ ਨਾ ਲਓ,
ਹੌਲੀ ਹੌਲੀ ਗੁਰਚਰਨ ਨੂੰ ਵੀ ਆਪਣੇ ਪੰਜੇ 'ਚ ਲਈ ਲਿਓ। ਗੁਰਚਰਨ ਮੇਰੇ ਪੰਜੇ 'ਚ ਆਉਣ ਵਾਲਾ ਨਹੀਂ, ਬਾਕੀ ਦੇਖਦੇ ਹਾਂ ਕੀ ਹੁੰਦਾ ਕੀ ਨਹੀਂ। ਕਰਦੀ ਹਾਂ ਮੈਂ ਗੱਲ ਕਿਸੇ ਨਾਲ। ਬੀਬੀ ਦੀ ਗੋਲੀ ਲੈ ਕੇ ਦੇਵਾਂ ਰਾਣੀ? ਹੁਣ ਤਾਂ ਗੋਲੀ ਨੇ ਵੀ ਨਹੀਂ ਕੰਮ ਕਰਨਾ, ਹੁਣ ਤਾਂ ਮੇਰਾ ਦਿਮਾਗ ਹੀ ਕੰਮ ਕਰੂ ਵੀ ਇਹ ਗੁਰਚਰਨ ਨੂੰ ਆਪਣੇ ਰਸਤੇ 'ਚੋਂ ਹਟਾਉਣਾ ਕਿਵੇਂ ਆ। ਕਿਉਂਕਿ ਜਿਹੜਾ ਬੰਦਾ ਮੇਰੇ ਅੱਡੇ ਦਾ ਭੇਤ ਪਾ ਗਿਆ ਨਾ, ਮੈਂ ਉਹਨੂੰ ਜਿਉਂਦਾ ਨਹੀਂ ਛੱਡ ਸਕਦੀ। ਕਿਤੇ ਨਾ ਕਿਤੇ ਰੀਤ ਜਦੋਂ ਗਾਇਬ ਹੋਈ ਆ ਨਾ, ਇਹਨੂੰ ਪਤਾ ਹੈ, ਅਤੇ ਅਚਾਨਕ ਅੱਜ ਰੀਤ ਨੂੰ ਦੇਖ ਕੇ ਇਹਨੇ ਰੀਤ ਨੂੰ ਪਹਿਚਾਣ ਲਿਆ। ਇਹ ਚੁੱਪ ਬੈਠਣ ਵਾਲਾ ਬੰਦਾ ਨਹੀਂ, ਇਹ ਕਰੂਗਾ ਕੁਛ ਨਾ ਕੁਛ। ਬਸ ਤੂੰ ਇਹਨੂੰ ਰਸਤੇ 'ਚੋਂ ਹਟਾਉਣ ਦੀ ਤਿਆਰੀ ਕਰ। ਮੈਡਮ ਜੀ, ਜਦੋਂ ਨੂੰ ਇਹ ਕੁਛ ਨਾ ਕੁਛ ਕਰੇ, ਉਸ ਤੋਂ ਪਹਿਲਾਂ ਰਸਤਾ ਸਾਫ। ਚੱਲ ਠੀਕ ਹੈ। ਇੱਕ ਮਿੰਟ, ਤੂੰ ਇੱਥੇ ਕਿਵੇਂ? ਕੀ ਪੁੱਛਦੇ ਆ ਜੀ? ਮੈਂ ਵੀ ਬਸ ਇੱਥੇ ਕੰਮ ਕਰਦੇ ਹੋ ਜੀ? ਹਾਂ ਹਾਂ, ਕੰਮ ਕਰਦਾ। ਇੱਕ ਮੈਨੂੰ ਗੱਲ ਦੱਸ ਸਕਦਾ ਤੂੰ? ਪੁੱਛੋ। ਉਹ ਜਿਹੜੀ ਆ ਕੁੜੀ ਕੰਮ ਕਰਦੀ ਇੱਥੇ, ਰੀਤ, ਇਹਦਾ ਨਾਂ ਰੀਤ ਹੀ ਹੈ ਨਾ? ਹਾਂ ਜੀ, ਹਾਂ ਰੀਤ ਹੈ। ਅੱਛਾ, ਫਿਰ ਮੈਡਮ ਨੇ ਮੈਨੂੰ ਐਂ ਕਿਉਂ ਕਿਹਾ ਵੀ ਇਹ ਰੀਤ ਨਹੀਂ ਸਾਡੇ ਰਿਸ਼ਤੇਦਾਰੀ 'ਚੋਂ? ਆਹ ਜਿਹੜੀ ਕੁੜੀ ਨੀ ਰੀਤ? ਹਾਂ ਮੈਂ ਸਮਝ ਗਿਆ ਜੀ ਤੁਹਾਡੀ ਗੱਲ। ਗਰੀਬ ਘਰ ਦੀ ਕੁੜੀ ਆ। ਅੱਛਾ। ਇਹਦੇ ਨਾਲ ਮੇਰਾ ਰਿਸ਼ਤਾ ਹੋਇਆ ਸੀਗਾ, ਮੰਨ ਕੇ ਚੱਲ, ਮੈਨੂੰ ਮੰਗੀ ਵੀ ਜੀ ਕੁੜੀ ਇਹ। ਅੱਛਾ। ਪਰ ਜਦੋਂ ਸਾਡਾ ਵਿਆਹ ਦੇ ਦਿਨ ਆਏ ਤਾਂ ਇਹ ਘਰੋਂ ਗਾਇਬ ਹੋ ਗਈ। ਮੈਂ ਅੱਜ ਤੱਕ ਮੈਂ ਵਿਆਹ ਨਹੀਂ ਕਰਾਇਆ, ਮੈਂ ਤਾਂ ਇਹਨੂੰ ਭਾਲਦਾ ਪੈਂਦਾ ਕਿਤੇ ਦਾ। ਅੱਛਾ। ਇਹ ਕਹਿੰਦੇ ਕਿ ਸਾਡੀ ਰਿਸ਼ਤੇਦਾਰੀ 'ਚੋਂ ਵੀ ਤੈਨੂੰ ਕੁਛ ਪਤਾ, ਜਾਣਕਾਰੀ ਬਾਰੇ ਕੋਈ ਮਾੜਾ ਮੋਟਾ, ਇਹਨਾਂ ਦਾ ਕੰਮ ਬਾਰੇ ਕੀ ਹੈ ਜੇ ਕੋਈ ਪਤਾ ਤਾਂ? ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਊਂਗਾ, ਪਰ ਤੁਸੀਂ ਗਾਹਾਂ ਨਾਲ ਗੱਲ ਕਰਿਓ। ਨਹੀਂ ਨਹੀਂ, 1% ਵੀ ਨਹੀਂ। ਮੇਰੀ ਗੱਲ ਸੁਣੋ, ਮੈਂ ਵੀ ਇੱਥੇ ਕੋਈ ਮਜ਼ਬੂਰ ਫਿਰਦਾਂਗਾ, ਕਿਉਂਕਿ ਮੈਨੂੰ ਵੀ ਕੋਈ ਲਾਲਚ ਦੇ ਕੇ ਨਾ ਇਹਨਾਂ ਨੇ ਇੱਥੇ ਰੱਖ ਲਿਆ, ਮੈਨੂੰ ਕੈਦ ਕਰ ਲਿਆ। ਕੈਦ ਕਰ ਲਿਆ? ਹਾਂ, ਸਾਰੀ ਮੇਰੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਨਾ ਜਿਹੜੀ ਆ ਮੈਡਮ, ਇਹ ਕੰਮ ਕਰਦੀ ਹੈ? ਹਾਂ, ਇਹ ਮੈਡਮ ਦੇਖਣ ਨੂੰ ਤਾਂ ਹੋਰ ਲੱਗਦੀ ਹੈ, ਇਹ ਵਿੱਚੋਂ ਕੁਝ ਹੋਰ ਹੈ। ਅੱਛਾ, ਜਿਹੜਾ ਮੈਂ ਕੰਮ ਭਾਲਦਾ ਫਿਰਦਾ ਗੁਰੂ, ਤਾਂ ਸੇ ਆਪ ਹੀ ਘਰ ਬੈਠੀ ਹੈ। ਮੈਂ ਜਦੋਂ ਇਹਨੂੰ ਨਾਲ ਲਿੱਤਾ ਵੀ ਆਪਣੇ ਇੱਥੇ ਗਰੋਹ ਆਏਗਾ, ਅਤੇ ਇੱਕਦਮ ਹੀ ਇਹ ਸ਼ਾਂਤ ਹੋਊਗੀ। ਮੈਂ ਤਾਂ ਆਖਿਆ ਕਿ ਦੂਜੇ ਲੋਕ ਟੈਂਸ਼ਨ ਲੈ ਗਈ ਵੀ ਇਹਨੂੰ ਸਦਮਾ ਪਹੁੰਚਿਆ ਵੀ ਆਪਣੇ ਪੰਜਾਬ 'ਚ ਆਹ ਕੰਮ ਚੱਲ ਰਿਹਾ, ਅਤੇ ਮੈਨੂੰ ਕੀ ਪਤਾ ਗਾ ਵੀ ਦੂਜੀ ਲੋਕ ਡਰ ਗਈ ਵੀ ਆਪ ਹੀ ਸਾਰਾ ਕੰਮ ਕਰੀ ਜਾਂਦੀ ਹੈ। ਉਹ ਕੀ ਪੁੱਛ ਰਹੇ ਬਾਈ ਜੀ? ਇਹ ਕੁੜੀਆਂ ਬਾਹਰ ਲਿਆਉਂਦੀ ਆ ਅਤੇ ਬਾਹਰ ਸਪਲਾਈ ਕਰਦੀ ਆ। ਹੁਣ ਇੱਥੇ ਹੋਰ ਵੀ ਕੁੜੀਆਂ ਹੈਗੀਆਂ? ਹਾਂ, ਹੈਗੀਆਂ ਕੁੜੀਆਂ। ਇੱਥੋਂ ਕੁੜੀਆਂ ਲਿਆ ਕੇ ਬਾਹਰ ਨੂੰ ਭੇਜ ਦਿੰਦੀ? ਹਾਂ, ਠੀਕ ਆ ਠੀਕ ਆ। ਬਹੁਤ ਪੈਸੇ ਲੈਂਦੀ ਹੈ, ਮੰਨ ਕੇ ਚੱਲ, ਸਮਝਾ ਬੁਝਾ ਕੇ ਗਰੀਬ ਕੁੜੀ ਨੂੰ ਲਿਆਉਣਾ ਤੇ ਬਾਹਰ ਭੇਜ ਦੇਣਾ, ਬਸ ਇਹੀ ਕੰਮ ਹੈ ਇਹਦਾ। ਤੇ ਇੱਕ ਨਾਲ ਇਹਦੇ ਮੈਡਮ ਹੋਰ ਹੈ। ਕੋਈ ਗੱਲ ਨਹੀਂ, ਉਹ ਤਾਂ ਮੈਂ ਦੇਖ ਲਈ ਕਿਹੜੀ ਆ। ਹਾਂ ਚੱਲ, ਤੇ ਮੈਂ ਕਰਦਾ ਕੁਛ ਨਾ, ਠੀਕ ਹੈ ਬਾਈ ਜੀ? ਕੋਈ ਨਾ ਕੋਈ ਹੱਲ ਕਰੋ। ਕੋਈ ਨਹੀਂ ਕੋਈ ਨਹੀਂ, ਮਾਹ ਉਹ ਗਰੀਬ ਕੁੜੀਆਂ ਨੂੰ ਕੱਢੋ ਬਾਹਰ ਬਾਈ ਜੀ। ਅੱਜ ਹੀ ਹੱਲ ਕਰ ਦਿਓ, ਠੀਕ ਹੈ? ਠੀਕ ਹੈ, ਬਸ ਤੂੰ ਜਾ। ਚੱਲ ਹੁਣ ਤਾਂ ਕੋਈ ਹੱਲ ਨਹੀਂ ਤਾਂ। ਹਾਂ ਬਾਈ, ਮੈਨੂੰ ਕੁੜੀਆਂ ਨਾਲ ਮਿਲਾ ਸਕਦਾ ਹੈਗਾ? ਨਾ ਨਾ ਬਾਈ, ਮੈਂ ਕੁੜੀਆਂ ਨੂੰ ਨਹੀਂ ਮਿਲਾ ਸਕਦਾ। ਉਹ ਇੰਨਾ ਕੰਮ ਡਰ ਕੇ ਹੁੰਦਾ, ਹੁਣ ਤਾਂ ਮੈਂ ਤੇਰੇ ਨਾਲ, ਹੁਣ ਤੂੰ ਕਿਉਂ ਡਰਦਾ? ਇਹਨਾਂ ਦਾ ਕੀ ਮਜ਼ਾਲ ਆ? ਜੇ ਇਹਨਾਂ ਨੂੰ ਪਤਾ ਵੀ ਲੱਗਦਾ ਮੈਂ ਖੜਾਂਗਾ, ਇਹਨਾਂ ਦਾ ਕੀ ਮਜ਼ਾਲ? ਤੈਨੂੰ ਕੁਛ ਕਹਿ ਦੇਣਗੇ? ਆਹ ਗੱਲ ਨਾ ਤੂੰ ਦਿਮਾਗ 'ਚ ਰੱਖ ਵੀ ਮੈਨੂੰ ਕੁਛ ਕਹਿ ਦੇਣਗੇ, ਨਾਲ ਹੀ ਮੈਂ ਤੈਨੂੰ ਲੈ ਕੇ ਜਾਊਂਗਾ।
ਉਹ ਇੰਨੀ ਕੁ ਆਪਾਂ ਵੀ ਪਹੁੰਚ ਰੱਖਦੇ ਹਾਂ ਭਾਈ ਜੀ। ਉਹ ਮੈਡਮ ਦਾ ਤੁਹਾਨੂੰ ਪਤਾ ਨਹੀਂ? ਉਹ ਬਸ ਪਤਾ ਨਹੀਂ ਸੀ, ਪਹਿਲਾਂ ਨਹੀਂ ਪਤਾ ਸੀ, ਨਹੀਂ ਪਤਾ ਸੀ, ਹੁਣ ਮੈਨੂੰ ਪਤਾ ਲੱਗ ਗਿਆ ਨਾ। ਹੁਣ ਨਾ ਤੂੰ ਡਰ, ਤੂੰ ਇੱਕ ਵਾਰ ਮੇਰੇ ਕੋਲ ਆਉਣਾ ਮੇਰੇ ਕਹੇ, ਤੈਨੂੰ ਵੀ ਨਾਲ ਹੀ ਲੈ ਜੂ, ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ। ਕੋਈ ਮੈਂ ਵੀ ਮਾੜੀ ਮੋਟੀ ਹਸਤੀ ਨਹੀਂ ਕੋਈ, ਮੈਂ ਬਸ ਸਮਝ ਗਈ ਮੇਰੇ ਸਮਝਣ 'ਤੇ ਇਹਨਾਂ ਨੂੰ ਕਿਉਂ ਫਰਕ ਹੈਗਾ। ਮੈਂ ਤਾਂ ਐਂ ਹੋ ਗਿਆ ਵੀ ਇੰਨਾ ਪੈਸਾ ਦੇ ਜਾਂਦੇ ਆ, ਗਰੀਬਾਂ ਦਾ ਭਲਾ ਕਰਦੇ, ਪਰ ਮੈਨੂੰ ਕੀ ਪਤਾ ਲੱਗਾ ਵਿੱਚ ਇਹਨਾਂ ਦਾ ਚਿਹਰਾ ਕੋਈ ਹੋਰ ਆ। ਚਲ ਠੀਕ ਆ ਬਾਈ ਜੀ, ਇੱਕ ਵਾਰੀ ਮਿਲਾ ਦਿੰਦੇ ਜੇ ਤੁਸੀਂ ਕਹਿੰਦੇ ਹੋ। ਹਾਂ ਤਾਂ ਮੈਂ ਤੁਹਾਨੂੰ ਮਿਲਾ ਦੇਣਾ, ਆ ਜਾਓ ਕੁੜੀਆਂ ਉਸ ਕਮਰੇ 'ਚ ਨੇ। ਆ ਜਾਓ ਸਰਪੰਚ ਸਾਹਿਬ, ਆ ਜਾਓ ਬਾਈ ਜੀ, ਆ ਜਾਓ। ਆਹ ਕੁੜੀਆਂ ਨੇ ਵਿਚਾਰੀ, ਤੂੰ ਤੁਸੀਂ ਇੱਥੇ ਕਿਵੇਂ ਫਸ ਗਏ ਬੁੱਢੂ, ਮੈਨੂੰ ਦੱਸੋ ਪਹਿਲਾਂ। ਅਸੀਂ ਤਾਂ ਕੰਮ ਦੀ ਭਾਲ ਵਿੱਚ ਆਉਂਦੇ ਸੀ, ਸਾਨੂੰ ਤੇ ਕੰਮ ਹੋਟੋ ਦੀ ਟੱਕਰ ਗਈ ਇੱਥੇ। ਮੈਂ ਤਾਂ ਘਰ ਤੋਂ ਧੋਖਾ ਹੋ ਗਿਆ ਬਾਈ ਜੀ, ਸਾਨੂੰ ਬਚਾ ਲਓ ਇੱਥੋਂ। ਉਹ ਬਚਾ ਲਾ ਲੈਣਾਗਾ, ਇਹ ਆਪਣੀ ਮਦਦ ਕਰਨੀ ਆਏ ਨੇ। ਪੱਕਾ ਵੀਰੇ? ਹਾਂ ਹਾਂ, ਉਹ ਪੱਕਾ ਭਾਈ ਤੁਹਾਨੂੰ ਲੈਣ ਦਾ ਮਾਰੀ ਹੈ ਵੀ ਮੈਂ ਇੱਥੇ ਕੀ ਆਉਣਾ ਸੀਗਾ। ਮੈਨੂੰ ਪੂਰੀ ਗੱਲ ਦੱਸੋ, ਖੁੱਲ੍ਹ ਕੇ ਗੱਲ ਦੱਸੋ ਵੀ ਕੀ ਕੰਮ ਕਰਦੀ ਹੈ। ਉਹ ਤਾਂ ਇਹਨੇ ਮੈਨੂੰ ਦੱਸ ਹੀ ਦਿੱਤਾ, ਤੁਸੀਂ ਦੱਸੋ ਤੁਸੀਂ ਇੱਥੇ ਕਿਵੇਂ ਆਉਂਦੇ। ਇਹ ਤਾਂ ਕਹਿੰਦੇ ਜਿਹੜੀ ਸਾਡੇ ਗੇਟ ਅੰਦਰ ਐਂਟਰ ਹੋ ਗਈ ਬਾਹਰ ਨਹੀਂ ਨਿਕਲ ਸਕਦੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ। ਅਸੀਂ ਕਦੇ ਨਹੀਂ ਜਾ ਸਕਦੇ, ਦੱਸੀ ਹੁਣ ਘਰ ਦਾ ਕੰਮ ਕਰਨ ਵਾਸਤੇ ਆਈਏ ਸੀ, ਸਾਨੂੰ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ 15-15-20 ਹਜ਼ਾਰ ਦੇਵਾਂਗੇ, ਪਰ ਰਹਿਣਾ ਤੁਹਾਨੂੰ ਇੱਥੇ ਪਊ, ਸਾਨੂੰ ਤਾਂ ਕੈਦੀ ਬਣਾ ਰੱਖਿਆ ਨਾ। ਉਹ ਤਾਂ ਮੈਨੂੰ ਆਹ ਮੁੰਡੇ ਨੇ ਸਾਰਾ ਦੱਸਤਾ, ਕਹਿੰਦਾ ਜਿਹੜੀਆਂ ਕੁੜੀਆਂ ਆਉਂਦੀਆਂ ਗੀਆਂ ਇਹ ਤਾਂ ਵਿੱਚ ਕੁੜੀਆਂ ਨੂੰ ਬਾਹਰ ਵੀ ਭੇਜ ਦਿੰਦੀ ਆ, ਬਾਹਰਲੇ ਦੇਸ਼ ਵੀ ਤੋਰ ਦਿੰਦੀ ਆ, ਇਹਦਾ ਕੰਮ ਹੀ ਇਹ ਹੈ। ਚਲੋ ਸ਼ੁਕਰ ਕਰੋ ਤੁਸੀਂ ਅਜੇ ਇੱਥੇ ਤਾਂ ਬੈਠੇ ਹੋ ਨਾ, ਜੇ ਤੁਸੀਂ ਇਹਨਾਂ ਲਪੇਟ ਜਾ ਜਾਂਦੇ ਆ ਹੁਣ ਤਾਂ ਕਿੱਦਾਂ ਦੇ ਤੋਰੇ ਹੁੰਦੇ। ਤੁਸੀਂ ਐਂ ਕਰੋ ਤੁਸੀਂ ਮੇਰੇ ਨਾਲ ਚੱਲੋ। ਮੈਨੂੰ ਤਾਂ ਲੱਗਦਾ ਇਹ ਕੁੜੀਆਂ ਕਾੜੀਆਂ ਨੂੰ ਵੇਚਦੀ ਆ ਜੀ, ਪੱਕਾ ਲੱਗਦਾ ਹੀ ਆ। ਤੂੰ ਦੱਸ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ? ਉਹ ਚਲੋ ਇਹ ਗੱਲਾਂ ਬਾਅਦ 'ਚ ਕਰ ਲਿਓ, ਕੀ ਕਰਦੇ ਕੀ ਨਹੀਂ ਕਰਦੇ, ਆਪਾਂ ਕਿਹੜਾ ਮੋਹਰ ਲਵਾਉਣੀ ਆ। ਤੁਸੀਂ ਐਂ ਕਰੋ ਤੁਸੀਂ ਮੇਰੇ ਨਾਲ ਚੱਲੋ, ਕਿਹੜਾ ਆਪਾਂ ਦੇਖਦੇ ਆ ਕਿਹੜਾ ਉਸ ਬਣੂਗਾ। ਬਾਈ ਪੱਕਾ ਲੈ ਜੀ ਸਾਨੂੰ ਇੱਥੋਂ। ਨਹੀਂ ਬਾਈ ਲਿਜਾਣ ਵਾਸਤੇ ਲੈ ਕੇ ਜਾਓ, ਨਹੀਂ ਜਾਣਦੇ ਉਹ ਤੁਹਾਨੂੰ ਸਾਰਿਆਂ ਨੂੰ ਇਕੱਠਾ ਕਰਕੇ ਮਾਰ ਦੂਗੀ। ਕਮਾਲ ਕਰੀ ਜਾਂਦੇ ਤੁਸੀਂ, ਉਹਨੂੰ ਨਹੀਂ ਜਾਣਦੇ ਤੁਸੀਂ, ਫਿਰ ਮੈਨੂੰ ਵੀ ਨਹੀਂ ਜਾਣਦੇ, ਕਮਾਲ ਕਰੀ ਜਾਂਦੇ ਤੁਸੀਂ। ਮੇਰੇ ਨਾਲ ਤਾਂ ਤੁਰੋ ਕਿਹੜਾ, ਮੈਂ ਜਾ ਕੇ ਪੁੱਛਦਾ ਨੂੰ ਵੀ ਆਹ ਕੰਮ ਕਰਦੇ ਤੁਸੀਂ, ਫਿਰ ਉਹਨੂੰ ਪਤਾ ਲੱਗੂਗਾ। ਚਲੋ ਆ ਜਾਓ ਆ ਜਾਓ, ਲੈ ਸਮਾਜ ਸੇਵੀ, ਸਮਾਜ ਸੇਵੀ ਆਹ ਦੇਖੋ ਜੀ, ਬਹੁਤ ਵੱਡੇ ਵੱਡੇ ਕੰਮ ਕਰਦੇ ਆ, ਆਹ ਦੇਖੋ ਆਹ ਕੰਮ ਕਰਦੇ ਸਮਾਜ ਸੇ ਜੀ। ਕਿਤੇ ਮੈਂ ਆਹ ਸੋਚਿਆ ਵੀ ਨਹੀਂ ਸੀਗਾ ਵੀ ਤੁਸੀਂ ਵੀ ਆਹ ਕੰਮ ਕਰਦੇ ਹੋ। ਭਾਈ ਸਾਹਿਬ ਤੁਹਾਨੂੰ ਗਲਤ ਫਹਿਮੀ ਹੋ ਗਈ ਜੀ। ਜੇ ਮੈਨੂੰ ਗਲਤ ਫਹਿਮੀ ਆ ਤੁਸੀਂ ਦੱਸ ਦਿਓ, ਕੰਮ ਜੀ ਤੂੰ ਵੀ ਦੱਸ ਦੇ। ਨਹੀਂ ਭਾਈ ਸਾਹਿਬ ਇੱਦਾਂ ਨਾ, ਇੱਥੇ ਝਾੜੂ ਪੋਚਾ ਖਾਣਾ ਖੂਣਾ ਬਣਾਉਣਾ ਉਹ ਕੰਮ ਕਰਦੀਆਂ ਨੇ। ਠੀਕ ਹੈ ਇੰਨਾ ਝੂਠ ਮਾਰਦੀ ਉਹਨੂੰ ਸੁਣ, ਸ਼ਰਮ ਆਉਣੀ ਚਾਹੀਦੀ ਹੈ, ਐਡੇ ਚੰਗੇ ਭਲੇ ਘਰ ਤੋਂ ਲੱਗਦੀ ਆ ਤੁਸੀਂ। ਹਾਂ ਹਾਂ ਹੀ ਲੈ ਕੇ ਆਈ ਸੀ ਸਾਨੂੰ, ਕਹਿੰਦੀ ਆ ਜਾ ਮੈਂ ਹੀ ਦਵਾਉਣੀ ਆ ਕੰਮ। ਉਹ ਤਾਂ ਭਾਈ ਮੈਂ ਦੇਖ ਲਿਆ ਸਾਰਾ ਕੁਝ, ਪਤਾ ਲੱਗ ਗਿਆ ਮੈਨੂੰ, ਆ ਦੇਖ ਬਾਕੀ ਦੇਖਣ ਚ ਲੈ ਨਾ। ਉਹ ਤਾਂ ਸਾਡਾ ਸਾਹ ਘੁੱਟਦੀ ਸੀ, ਹੁਣ ਤੇਰੇ ਆਪਦੇ ਸਾਹ ਕਿਉਂ ਰੁਕਣ ਲੱਗ ਗਈ, ਬੋਲ ਹੁਣ। ਦੇਗਾ ਹੁਣ ਤਾਂ ਪਸੀਨੇ ਆਉਣ ਲੱਗ ਗਏ ਦੋਨਾਂ ਜਣਿਆਂ ਨੂੰ, ਉੱਡ ਗਏ ਹੁਣ ਤਾਂ ਬਾਹਾਂ ਮੋਸਦੀਆਂ ਸੀ ਐ ਚੋਬਰੇ ਵਾਲਿਆਂ ਦਿੰਦਿਆਂ ਸੀ। ਸ਼ੁਕਰ ਕਰੋ ਅੱਛਾ ਇੱਕ ਤਾਂ ਤੁਹਾਨੂੰ ਕੰਮ ਦਵਾਇਆ ਸੀ ਨੇ। ਹਾਂ 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 ਸ਼ਰਮ ਆਉਣੀ ਚਾਹੀਦੀ ਤੈਨੂੰ, ਕਿਹੜੇ ਕੰਮ ਦਵਾਉਣੀ ਐ ਤੁਸੀਂ ਆਪਦੀ ਨਾ ਆ ਜ਼ਿੰਦਗੀ ਦੀ ਖੈਰ ਮੰਗੋ ਹੁਣ, ਅਸੀਂ ਪੁਲਿਸ ਨੂੰ ਫੋਨ ਕਰਤਾ। ਭਾਈ ਸਾਹਿਬ ਮੇਰੀ ਗੱਲ ਸੁਣੋ, ਜਿੰਨੇ ਜਿੰਨੇ ਤੁਸੀਂ ਕਹੋਗੇ ਨਾ ਮੈਂ ਉਹਨੇ ਪੈਸੇ ਦੇਣ ਨੂੰ ਤੁਹਾਨੂੰ ਤਿਆਰ ਆ, 5 ਲੱਖ 10 ਲੱਖ 15 ਲੱਖ ਸ਼ਿਕਾਇਤ ਨਾ ਮੇਰੀ ਕਰੋ ਪੁਲਿਸ ਕੋ। ਭਾਈ ਸਾਹਿਬ 20 ਲੱਖ ਨਾਲ ਕਿਸੇ ਕੁੜੀ ਦੀ ਤੁਸੀਂ ਇੱਜ਼ਤ ਮੋੜ ਦੋਗੇ? ਰੀਤਾ ਤੂੰ ਚੁੱਪ ਕਰ ਜਾ, ਹੁਣ ਇਹਨਾਂ ਦੀ ਵਾਰੀ ਆ।
ਸਾਨੂੰ ਮਾਫ ਕਰ ਦਿਓ। ਆਹੋ ਮੈਂ ਵੀ ਤੁਹਾਡੇ ਮੂਹਰੇ ਬਹੁਤ ਹੱਥ ਬੰਨੇ ਸੀ ਤੇ ਮੇਰੀਆਂ ਬਾਹਾਂ ਮਰੋੜ ਮਰੋੜ ਕੇ ਛਿੜਦੀਆਂ ਸੀ ਉਦੋਂ ਤਾਂ ਤੁਸੀਂ ਬਹੁਤ ਝੋਲੀ ਅੱਡੀਆਂ ਸੀ ਅਸੀਂ ਵਾਸਤੇ ਲਾਏ ਸੀ ਵਾਸਤੇ ਹੋਣਾ ਕਰਮੇ ਤੂੰ ਸਮਝੀ ਤੇ ਤੂੰ ਸਮਝਾ ਰਿਹਾ ਕਰਮਾ ਨਹੀਂ ਆਉਣਾ ਤੁਹਾਨੂੰ ਤੈਨੂੰ ਉਦੋਂ ਨਹੀਂ ਪਤਾ ਜ਼ਮੀਨ ਦੇ ਕਾਗਜ਼ ਮੋੜੋ ਪਹਿਲਾਂ ਵਾਲੇ ਕਾਗਜ਼ ਹਾਂ ਬਾਈ ਬਾਈ ਕੀ ਪੁੱਛ ਰਹੇ ਇਹਨਾਂ ਨੇ ਮੈਥੋਂ ਨਾ ਧੱਕੇ ਨਾਲ ਮੇਰੇ ਸਾਈਨ ਕਰਾਏ ਨੇ ਕਾਗਜ਼ਾਂ ਤੇ ਮੇਰੀ ਸਾਰੀ ਜ਼ਮੀਨ ਹੜਪ ਲਈ ਇਹਨਾਂ ਨੇ ਅੱਛਾ ਜੀ ਬੋਲੋ ਗੋਡਾ ਰੱਖ ਨੂੰ ਧੋਈ ਤੇ ਜਿਹੜਾ ਤੁਸੀਂ 25 ਲੱਖ ਕਹਿਣੇ ਆ ਕੁੜੀਆਂ ਇੰਨੇ ਚਲੇ ਗਏ ਉਹ ਦਿਓ ਉਸ ਤੋਂ ਬਾਅਦ ਜੇ ਤਰ੍ਹਾਂ ਫੇਰ ਕਰਾਵਾਂਗੇ ਤੁਹਾਡੀ ਇੰਨਾ ਵੀ ਕੁਛ ਮਿਲਣਾ ਚਾਹੀਦਾ ਇੰਨਾ ਟਾਈਮ ਲਾਤਾ ਸਾਨੂੰ ਕੁਛ ਨੀ ਚਾਹੀਦਾ ਚਾਹੀਦੀ ਨੀ ਆ ਪੈਸਾ ਤਾਂ ਲੈ ਕੇ ਜਾਣੇ ਆ ਜੇਲ ਯਾਤਰਾ ਠੀਕ ਹੈ ਜਿਹਨੇ ਕੋਲ ਪੈਸਾ ਹੁੰਦਾ ਇੱਥੇ ਕਿਉਂ ਆਉਂਦੀਆਂ ਹੁਣ ਇਹਨਾਂ ਨੂੰ ਇਹਨਾਂ ਦੀ ਚੀਜ਼ ਤਾਂ ਮਿਲਣੀ ਚਾਹੀਦੀ ਆ ਆਪਾਂ ਕਿਹੜਾ ਮੁਕਤ ਲੈਣੇ ਆ ਜਿਹਨਾਂ ਨੂੰ ਰੱਖਿਆ ਗਾ ਇੱਥੇ ਮੈਂ ਕਹਿੰਦੀ ਹਾਂ ਸਾਨੂੰ ਪੈਸੇ ਫੋਨ ਖੋਲੋ ਜੀ ਇਹਨਾਂ ਦਾ ਉਹ ਤਾਂ ਮੇਰੇ ਜਾਣਾ ਨਾ ਫਾਂਸੀ ਹੋਣੀ ਚਾਹੀਦੀ ਆ ਅਸੀਂ ਬਾਹਰ ਬੈਠਦੇ ਆ ਤਿੰਨੇ ਤੁਸੀਂ ਕਾਗਜ਼ ਪੱਤਰ ਲੈ ਕੇ ਫੇਰ ਹੀ ਨਿਕਲੋ ਸਰਪੰਚ ਸਾਹਿਬ ਇਹਨਾਂ ਨੂੰ ਛੱਡਣਾ ਨੀ ਹੈਗਾ ਹੁਣ ਚੰਗਾ ਲੱਗਦਾ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਤੇ ਕਮੈਂਟ ਕਰਨਾ ਵੀਡੀਓ ਬਣਾਉਣ ਦਾ ਮਤਲਬ ਇਹ ਸਾਡਾ ਵੀ ਅੱਜ ਕੱਲ੍ਹ ਕੁੜੀਆਂ ਬਹੁਤ ਗੈਪ ਹੋ ਰਹੀਆਂ ਅਤੇ ਚਾਰ ਪੈਸੇ ਦੇ ਝਾਂਸੇ ਦੇ ਕੇ ਇਹ ਕੀ ਕਰਦੀਆਂ ਬੁੜੀਆਂ ਕਿਹੜੇ ਪੈਸੇ ਦੇ ਲਾਲਚ 'ਚ ਆ ਕੇ ਬਾਹਰਲੇ ਦੇਸ਼ ਵੇਚ ਦਿੰਦੀਆਂ ਕੁੜੀਆਂ ਅਤੇ ਬਹੁਤ ਕੁੜੀਆਂ ਝਾਂਸੇ 'ਚ ਆ ਵੀ ਜਾਂਦੀਆਂ ਵੀ ਤੁਹਾਨੂੰ 3 ਲੱਖ ਮਹੀਨੇ ਤਨਖਾਹ 5 ਲੱਖ ਮਹੀਨੇ ਤਨਖਾਹ ਤੂੰ ਤਾਂ ਰਾਤੋਂ ਰਾਤ ਅਮੀਰ ਹੋ ਜਾਏ ਤੂੰ ਗੱਡੀਆਂ 'ਚ ਘੁੰਮੇਗੀ ਐਂ ਬਹੁਤ ਝਾਂਸੇ ਦਿੰਦੇ ਆ ਇਸ ਕਰਕੇ ਪਹਿਲਾਂ ਇਨਕੁਆਇਰੀ ਕਰਿਆ ਕਰੋ ਫਿਰ ਕਿਸੇ ਦੇ ਥਰੂ ਬਾਹਰਲੇ ਦੇਸ਼ ਜਾਇਆ ਕਰੋ ਮੇਰਾ ਵੀ ਜਾਇਆ ਕਰੋ ਹੈ ਨਾ ਵੀ ਲੱਕੀ
ਵੀ ਮੇਨ ਗੱਲ ਪਹਿਲਾਂ ਪਤਾ ਕਰ ਲਿਆ ਕਰੋ, ਉਹੀ ਨਾ ਕਿਸੇ ਨੂੰ ਐਂ ਨਾ ਉਹ ਕਹਿ ਵੀ ਦਿੰਦੇ ਆ ਵੀ ਤੁਸੀਂ ਗੁਆਂਢੀਆਂ ਨੂੰ ਜਾ ਕੇ ਨਾ ਦੱਸੀ, ਤੂੰ ਕਿਸੇ ਨੂੰ ਭਾਫ ਨਾ ਕੱਢੀ, ਜੇ ਤੂੰ ਕਿਸੇ ਨੂੰ ਦੱਸਿਆ ਤੂੰ ਫਿਰ ਇੱਥੇ ਰਹਿ ਜਾਏਗੀ, ਤੇਰੇ ਸੁਪਨੇ ਐਂ ਰਹਿ ਐਂ ਬਹੁਤ ਪੰਪ ਦਿੰਦੇ ਆ ਵੀ ਬਾਹਰ ਜਾਣ ਪਿੱਛੇ ਪੈਂਦੇ ਨੇ ਨਾ ਹੋਈਏ ਵੀ ਆਪਾਂ ਨੂੰ ਆਪਦੇ ਅੱਗੇ ਕੰਮ ਦਾ ਤੱਕ ਦਾ ਨਾ ਪਤਾ ਹੋਵੇ, ਸਪੈਸ਼ਲੀ ਇਹ ਚੀਜ਼ ਕੁੜੀਆਂ ਦੇ ਵਾਸਤੇ ਜ਼ਿਆਦਾ ਹੁੰਦੀ ਆ, ਮੁੰਡੇ ਫਿਰ ਵੀ ਚਲੋ ਜ਼ਿਆਦਾ ਡੌਂਕੀ 'ਚ ਫਸਦੇ ਆ ਕਿਉਂਕਿ ਉਹਨਾਂ ਦਾ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਮੁੰਡਿਆਂ ਨੂੰ ਜਾਣਾ ਚਾਹੀਦਾ, ਮੁੰਡੇ ਡੌਂਕੀ 'ਚ ਫਸ ਜਾਂਦਾ ਗੱਲ ਉੱਥੀ ਆ, ਹੁੰਦਾ ਉਹ ਵੀ ਦੋ ਨੰਬਰ ਆ ਇਹ ਵੀ ਦੋ ਨੰਬਰ ਆ, ਆਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੀ ਗਈ ਇਹਦੇ 'ਚ। ਤੇ ਕਿਹੜੇ ਵੀਰ ਸਾਨੂੰ ਕਮੈਂਟ ਕਰਦੇ ਸੀ ਉਹਨਾਂ ਨਾਂ ਬੋਲਣ ਲੱਗਿਆ? ਉਹਨਾਂ ਦੇ ਨਾਂ ਹੈਗੇ ਪਹਿਲੀਆਂ 'ਚ ਸਿਮਰਜੀਤ ਕੌਰ ਆ, ਤੇ ਪੁਰਾਣਾ ਵਿਰਸਾ ਟੀਵੀ ਸੋਨਮ ਬਾਲਾ, ਕਰਨ ਸਿੱਧੂ, ਸਿਮਰਜੀਤ ਕੌਰ, ਤੇ ਹਰਦੇਵ ਸਿੰਘ ਸੰਧੂ, ਹਬੀਬ ਚੌਧਰੀ, ਬਲਵਿੰਦਰ ਸਿੰਘ ਮੰਡੇਰ, ਬਲਕਾਰ ਸਿੰਘ ਤੇ ਗਣੇਸ਼ ਸਿੰਘ, ਸਰਬਣ ਦਾ ਸਮੇਤਾ ਫੇਰ ਆ ਗਿਆ, ਗੇਮਿੰਗ ਵੀਡੀਓ 37 ਭੋਲਾ ਸਿੰਘ, ਸਰਬਣ ਦਾ ਸਮੇਤਾ ਤੇ ਸਗਰਾਜ ਸਿੰਘ ਡਾਕਟਰ ਸਿੰਘ। ਬਲਵਿੰਦਰ ਸਿੰਘ ਕੈਨੇਡਾ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ, ਮੋਨਾ ਇਹਨਾਂ ਦਾ USA ਤੋਂ ਇਹਨਾਂ ਦਾ ਬਹੁਤ ਧੰਨਵਾਦ ਆ, ਸਾਨੂੰ ਫੋਨ ਕਰਦੇ ਰਹਿੰਦੇ ਆ ਤੇ ਬਹੁਤ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ, ਕੁਛ ਮਰਜ਼ੀ ਲਿਖਦਿਆ ਕਰੋ ਪਰ ਕਮੈਂਟ ਲਾਜ਼ਮੀ ਕਰਦੇ ਹੋ, ਕਈ ਬੰਦੇ ਸਾਨੂੰ ਕਹਿੰਦੇ ਸਾਨੂੰ ਕਮੈਂਟ ਨਹੀਂ ਕਰਦਾ ਸਾਡਾ ਨਾਮ ਬੋਲ ਦਿਆ ਕਰੋ, ਵੀਰ ਸਾਡੇ ਤੇ ਬੇਨਤੀ ਹੈ ਕਮੈਂਟ ਕੁਛ ਮਰਜ਼ੀ ਇੱਕ ਆਧੂ ਆਏ ਵੀ ਸੀ ਕੁਛ ਮਰਜ਼ੀ ਲਿਖ ਕੇ ਭੇਜ ਦਿਆ ਕਰੋ, ਉਹ 'ਚ ਸਾਡੇ ਕੋਲ ਆਈਡੀ ਆ ਜਾਂਦਾ ਨਾਮ ਆ ਜਾਂਦਾ, ਅਸੀਂ ਇਸ ਕਰਕੇ ਨਾਮ ਬੋਲਦੇ ਹਾਂ, ਤੇ ਵੀਰ ਸਾਰਾ ਧੰਨਵਾਦ, ਇਸ ਤਰ੍ਹਾਂ ਸਾਨੂੰ ਕਮੈਂਟ ਕਰਿਆ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਧੰਨਵਾਦ, ਥੈਂਕ ਯੂ।